ਕਰੀਏ ਜੀ ਸਟਾਰਟ। ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ, ਜਿੰਨੇ ਵੀ ਵੀਰ ਆਪਣਾ ਹੇਅਰ ਰਿਕਾਰਡਸ ਯੂਟਿਊਬ ਦਾ ਚੈਨਲ ਦੇਖ ਰਹੇ ਹੈ। ਅੱਜ ਪਹੁੰਚੇ ਹਾਂ ਅਸੀਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੱਕ ਬਖਤੂ ਬਾਈ ਜੀ ਬਲਜਿੰਦਰ ਸਿੰਘ ਦੇ ਘਰ, ਜੋ ਕਿ ਐਤਕੀ ਇਹਨਾਂ ਨੇ 70 ਬਾਜ਼ੀਆਂ ਛੱਡੀਆਂ ਸੀ, ਜਿਨ੍ਹਾਂ ਦੇ ਵਿੱਚੋਂ 54 ਬਾਜ਼ੀਆਂ ਇਹਨਾਂ ਨੇ ਜਿੱਤੀਆਂ। ਅਤੇ ਆਓ ਆਪਾਂ ਇਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ ਬਾਈ ਜੀ ਬਲਜਿੰਦਰ ਸਿੰਘ ਨਾਲ। ਸਤਿ ਸ਼੍ਰੀ ਅਕਾਲ ਜੀ, ਭਿੰਦਰ ਚੱਕ ਦੇ ਸਾਡੇ ਘਰ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਬਲਜਿੰਦਰ ਸਿੰਘ ਜੀ ਤੁਹਾਨੂੰ ਜਿਹੜਾ ਸਵਾਲ ਹੈ ਕਰਦੇ ਜੀ, ਜਿਹੜਾ ਸ਼ੌਕ ਤੁਹਾਨੂੰ ਕਬੂਤਰਾਂ ਦਾ ਸ਼ੌਕ ਪਿਆ ਜੀ, ਇਹ ਘਰ ਦੇ ਵਿੱਚ ਆਪਣੇ ਕਿਸੇ ਬਜ਼ੁਰਗ ਦੇ ਪਹਿਲਾਂ ਰੱਖੇ ਸੀ ਜਾਂ ਤੁਹਾਨੂੰ ਸ਼ੌਕ ਲੱਗਿਆ ਜੀ? ਨਹੀਂ ਨਹੀਂ, ਪਹਿਲਾਂ ਤਾਂ ਨਹੀਂ ਜੀ। ਤੁਹਾਨੂੰ ਸ਼ੌਕ ਲੱਗਿਆ ਜੀ? ਜੀ, ਤੁਹਾਨੂੰ ਸ਼ੌਕ ਕਿਵੇਂ ਪਿਆ? ਕਿਸੇ ਦੇ ਪਿੰਡ 'ਚ ਰੱਖੇ ਸੀ ਜਾਂ ਰਿਸ਼ਤੇਦਾਰੀ 'ਚ ਰੱਖੇ ਸੀ? ਨਹੀਂ, ਸਾਡੇ ਨਾ ਇੱਥੇ ਪਿੰਡ ਦੇ ਮੁੰਡੇ ਦੇਸਪਾਲ ਆ ਜੀ, ਉਹਦੇ ਕੋਲ ਜਾਂਦੇ ਹੁੰਦੇ ਛੋਟੇ ਛੋਟੇ। ਉਸ ਆਦੇਸ਼ ਪਾਲ ਦੇ ਘਰੇ ਤੁਸੀਂ ਜਦੋਂ ਜਾਂਦੇ ਸੀ, ਤੇ ਆਪਦੇ ਘਰੇ ਕਿਹੜੇ ਸਨ 'ਚ ਕਬੂਤਰ ਲਿਆ ਕੇ ਰੱਖ ਲਏ? ਉਦੋਂ ਮੈਂ ਚੌਥੀ ਕਲਾਸ 'ਚ ਪੜ੍ਹਦਾ ਹੁੰਦਾ ਸੀ ਜੀ, ਉਦੋਂ ਬਾਅਦ ਲੱਗੇ ਜੇ ਲਿਆਉਣ, ਉਦੋਂ ਬਾਅਦ ਬਸ ਹੌਲੀ ਹੌਲੀ ਹੋ ਗਿਆ। ਨਾਲ ਹੀ ਆਪਣੇ ਬੈਠੇ ਆ ਬਾਈ ਜੀ ਗੁਰਪ੍ਰੀਤ ਪੀਤਾ, ਜੋ ਕਿ ਪੀਤੇ ਦੇ ਨਾਂ ਤੋਂ ਜਾਣਦੇ ਆ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਕਰਦੇ ਹਾਂ ਜੀ ਚੱਕੜਾ ਗਰੁੱਪ ਵਾਲਿਆਂ ਦਾ, ਸਾਡੇ ਪਹੁੰਚੇ ਜੀ, ਸਾਡੇ ਕੋਲ ਆਏ, ਧੰਨਵਾਦ ਜੀ ਉਹਨਾਂ ਦਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਅਤੇ ਬਾਈ ਜੀ ਨੇ ਜਿਹੜੇ ਕਬੂਤਰ ਰੱਖੇ ਨੇ, ਹਾਂਜੀ, ਇਹ ਸਾਂਝੇ ਰੱਖੇ ਆ? ਇਹ ਸਾਂਝੀ ਹੈ ਸਾਡੇ ਜੀ, ਹਾਂ ਇਹ 2004 ਦੇ ਜੀ ਸਾਡੇ ਸਾਂਝੀ ਹੈ। ਤੁਹਾਨੂੰ ਸ਼ੌਕ ਕਿਵੇਂ ਲੱਗਿਆ? ਬਸ ਇਕੱਠੇ ਰਹਿੰਦੇ ਹੁੰਦੇ ਜੀ ਪਹਿਲਾਂ ਇੱਥੇ ਦੇਸਪਾਲ ਕੋਲ, ਉੱਥੇ ਬਸ ਜੀ ਉਹਦੇ ਕੋਲ ਲੱਗ ਕੇ ਜਾਣ, ਬਸ ਉਹਨਾਂ ਦੇ ਰੱਖ ਲਏ। ਤੁਹਾਡਾ ਜਿਹੜਾ ਦੋਨਾਂ ਦਾ ਪਿਆਰ ਪਿਆ ਆਪਸ 'ਚ ਕਬੂਤਰਬਾਜ਼ੀ ਕਰਕੇ ਪਿਆ ਜਾਂ ਪਹਿਲਾਂ ਹੀ ਇੱਕ ਦੂਜੇ ਨਾਲ ਫੈਮਿਲੀ ਦੇ ਤੌਰ 'ਤੇ ਪਿੰਡ ਦੇ ਤੌਰ 'ਤੇ ਵਰਤਦੇ? ਕਬੂਤਰਬਾਜ਼ੀ ਕਰਕੇ ਪਹਿਲਾਂ ਪੜ੍ਹਦੇ ਹੁੰਦੇ ਜੀ, ਫਿਰ ਬਾਜ਼ੀ ਵੀ ਇਕੱਠੀ ਕਰਦੇ ਹਾਂ ਜੀ ਜੀ, ਕਬੂਤਰਾਂ ਕਰਕੇ ਫਿਰ ਇਕੱਠੀ ਬਾਜ਼ੀਆਂ ਬੋਲੀਆਂ ਜਾ ਵੜਦੇ ਹਾਂ, ਪਿਆਰ ਵਧੀ ਜਾਂਦਾ ਜੀ ਦਿਨੋਂ ਦਿਨ। ਤੁਸੀਂ ਜਿਹੜੇ ਕਬੂਤਰ ਘਰੇ ਸਾਂਭਦੇ ਹੋ ਜਾਂ ਬਾਈ ਜੀ ਸਾਂਭਦੇ? ਵੀ ਮੈਂ ਤਾਂ ਘਰੇ ਹੁੰਦਾ ਜੀ। ਤੁਸੀਂ ਘਰੇ ਕਬੂਤਰਾਂ ਦੀ ਦੇਖਭਾਲ ਸੰਭਾਲ ਕਰਦੇ? ਹਾਂਜੀ, ਬਾਜ਼ੀਆਂ ਤੇ ਬਾਈ ਜੀ? ਬਾਜ਼ੀਆਂ ਤੇ ਬਲਜਿੰਦਰ ਹੁੰਦਾ ਜੀ। ਹੋਰ ਆਪਣਾ ਮਤਲਬ ਕਿਹੜੇ ਕਿਹੜੇ ਵੀਰ ਆ ਪਿੰਡ 'ਚੋਂ ਜਾਂ ਆਸੇ ਪਾਸਿਓਂ ਤੁਹਾਡੇ ਫਰੈਂਡ ਹੈ ਜਿਹੜੇ ਸਹਿਯੋਗ ਦਿੰਦੇ ਆ ਕਬੂਤਰਬਾਜ਼ੀ ਦੇ ਵਿੱਚ? ਮੋਹਨ ਜੀ ਸੀ, ਇੱਧਰੇ ਨਾਲ ਬੈਠੇ ਜਿਹੜੇ ਮੋਹਨ ਜੀ, ਤੁਸੀਂ ਨਾਲ ਜਾਂਦੇ ਹੋ ਬਾਈ ਜੀ ਦੇ ਬਾਜ਼ੀਆਂ ਦੇ? ਹਾਂਜੀ ਹਾਂਜੀ। ਘਰੇ ਫਿਰ ਬਾਈ ਜੀ ਸਾਂਭ ਲੈਂਦੇ? ਹਾਂਜੀ, ਬਹੁਤ ਵਧੀਆ। ਤੁਹਾਡਾ ਇਹਨਾਂ ਨਾਲ ਕਿਵੇਂ ਮੇਲ ਹੋਇਆ? ਬਸ ਐਂ ਜੀ, ਬਸ ਦੇਸਪਾਲ ਜੀ ਦਾ ਚਾਚਾ ਜੀ, ਦੇਸਪਾਲ ਜੀ। ਹਾਂਜੀ, ਮਤਲਬ ਕਿ ਜਿਹੜਾ ਪਿਆਰ ਸੀਗਾ ਤੁਹਾਡੇ ਚਾਚਾ ਜੀ ਦੇ, ਕਬੂਤਰ ਪਹਿਲਾਂ ਰੱਖੇ ਸੀ ਛੋਟੇ ਹੁੰਦੇ ਜਾਂਦੇ ਸੀ, ਉਹ ਵੀੜੀ ਦਾ ਵੱਟਾ ਇਹਨਾਂ ਨੇ ਲਾ ਲਿਆ, ਹੁਣ ਤੁਸੀਂ ਆਉਣ ਲੱਗ ਗਏ ਇਹਨਾਂ ਕੋਲ। ਠੀਕ ਹੈ ਜੀ, ਲਓ ਜੀ, ਜਿਵੇਂ ਕਹਿੰਦੇ ਨਾ ਕਿਸੇ ਦੀ ਚੀਜ਼ ਰੱਖਣੀ ਨਹੀਂ ਚਾਹੀਦੀ, ਮੋੜ ਦੇਣੀ ਚਾਹੀਦੀ ਹੈ, ਉਹ ਬਾਈ ਜੀ ਨੇ ਮੋੜ ਦਿੱਤੀ ਹੈ। ਠੀਕ ਹੈ ਜੀ, ਤੁਸੀਂ ਹੁਣ ਘਰੇ ਵੀ ਰੱਖਿਆ ਕਬੂਤਰ? ਨਹੀਂ, ਘਰੇ ਹੈਗੇ, ਘਰੇ ਨਹੀਂ ਹੈਗੇ, ਇੱਥੇ ਹੀ ਹੈ ਸ਼ੌਕ ਪੂਰਾ ਕਰਦੇ। ਬਹੁਤ ਵਧੀਆ ਗੱਲ ਹੈ ਜੀ, ਅਤੇ ਅਗਲੀ ਗੱਲ ਆਪਾਂ ਫਿਰ ਕਰਦੇ ਹਾਂ ਬਾਈ ਜੀ ਬਲਜਿੰਦਰ ਦੇ ਨਾਲ। ਜਦੋਂ ਬਾਈ ਜੀ ਤੁਸੀਂ ਕਬੂਤਰ ਰੱਖੇ ਪ੍ਰੋਪਰ ਆਪਦੇ ਘਰੇ ਕਬੂਤਰ ਰੱਖ ਲਏ ਸੀ, ਇਹ ਕਿਹੜੇ ਸਾਲ ਦੇ ਵਿੱਚ ਤੁਸੀਂ ਆਪਦੇ ਘਰੇ ਕਬੂਤਰ ਰੱਖ ਲਏ ਸੀ? ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਜੀ, ਜਿਵੇਂ ਜੀ ਮਾਣਾ ਚੌਥੀ ਪੰਜਵੀਂ ਕਲਾਸ 'ਚ ਸੀ ਜੀ, ਉਦੋਂ ਬਾਅਦ ਚਲਾ ਸੀ ਲੱਕੇ ਜੇ ਲਿਆਉਂਦੇ ਜੀ, ਉਦੋਂ ਬਾਅਦ ਲੱਗ ਕੇ ਘਰ ਦੇ ਗਲਾਂ ਦੇ ਲੱਗ ਛਡਾਤੇ ਕਰਾਵੇ ਜੀ, ਉਦੋਂ ਬਾਅਦ ਹੌਲੀ ਹੌਲੀ ਚੱਲ ਅਸੀਂ ਬਾਹਰ ਕਿਸੇ ਦੇ ਹੋਰ ਘਰੇ ਰੱਖ ਲਏ। ਹਾਂ, ਘਰ ਦੇ ਨੂੰ ਪਤਾ ਲੱਗਾ ਜੀ ਹੜਦੇ ਤਾਂ ਹੈ ਨਹੀਂ, ਫਿਰ ਆਹਦੇ ਚੱਲ ਘਰੇ ਰੱਖ ਲਏ, ਫਿਰ ਘਰੇ ਰੱਖ। ਹਾਂਜੀ, ਫਿਰ ਘਰੇ ਰੱਖ ਲਏ ਜੀ, ਫਿਰ ਇਹਦੇ ਪੀਤੇ ਜੀ, ਫਿਰ ਅਸੀਂ ਇਕੱਠੇ ਰੱਖ ਲਏ ਜੀ। ਉਦੋਂ ਬਾਅਦ ਚੱਲ ਅਸੀਂ ਹੌਲੀ ਹੌਲੀ ਇੱਕ ਅੱਧੀ ਬਾਜੀ ਛੱਡਦੇ ਜੀ ਟਾਮੀ ਜੀ, ਉਦੋਂ ਬਾਅਦ ਚੱਲ ਹੌਲੀ ਹੌਲੀ ਅਸੀਂ ਬਾਈ ਡੀ ਸੀ ਕੋਲ ਜਾਣ ਲੱਗ ਜੀ, ਅਤੇ ਅਸੀਂ ਆਖਿਆ ਬਾਈ ਤੈਨੂੰ ਗੁਰੂ ਮੰਨਣਾ ਜੀ, ਉਹਦਾ ਤੁਸੀਂ ਠਹਿਰ ਜਾਓ, ਅਸੀਂ ਆਖਿਆ ਜੀ ਮੰਨਣਾ ਗਿਆ ਜੀ, ਅਤੇ ਚੱਲ ਅਸੀਂ ਉਹਨੂੰ ਗੁਰੂ ਮੰਨ ਲਿਆ ਜੀ, ਉਦੋਂ ਬਾਅਦ ਅਸੀਂ ਵਧੀਆ ਬਾਜੀ ਜਿੱਤੇ 3 ਸਾਲ। ਜਿਹੜੇ ਤੁਹਾਡੇ ਜਿਵੇਂ ਕਹਿੰਦੇ ਨਾ ਗੁਰੂ ਬਿਨਾਂ ਗਾਸਮੀ, ਹਾਂਜੀ, ਡੀ ਸੀ ਸਾਹਿਬ, ਉਹ ਤੁਸੀਂ ਆਪਣਾ ਗੁਰੂ ਬਣਾਇਆ ਜੀ? ਹਾਂਜੀ। ਸਾਨੂੰ ਕਿਹੜੇ ਸਾਲ ਦੇ ਵਿੱਚ ਬਣਾਇਆ ਜੀ ਡੀ ਸੀ ਸਾਹਿਬ ਨੂੰ? 3 ਸਾਲ ਹੋ ਗਏ ਜੀ। 3 ਸਾਲ ਹੋ? ਹਾਂਜੀ। ਉਸ ਤੋਂ ਪਹਿਲਾਂ ਜਿਹੜੀਆਂ ਤੁਸੀਂ ਬਾਜੀਆਂ ਛੱਡਦੇ ਸੀ ਜਾਂ ਬਾਈ ਜੀ ਨੂੰ ਜਦੋਂ ਤੁਸੀਂ ਗੁਰੂ ਧਾਰ ਲਿਆ, ਕੀ ਅੰਤਰ ਰਿਹਾ ਉਹਨਾਂ 'ਚ ਬਾਜੀਆਂ 'ਚ ਅਤੇ ਬਾਈ ਜੀ ਦੇ ਗੁਰੂ ਬਣਾਉਣ ਤੋਂ ਬਾਅਦ? ਉਦੋਂ ਬਾਅਦ ਅਸੀਂ ਬਾਜੀ ਨਹੀਂ ਹਰੇ,
ਉਦੋਂ ਬਾਅਦ ਕੋਈ ਬਾਜੀ ਨਹੀਂ ਭੱਜ ਕੇ ਹਰਿਆ ਜੀ ਭੱਜ ਕੇ ਭਾਵੇਂ ਹਰ ਗਿਆ ਜੀ ਬਹਿ ਕੇ ਬਾਜੀ ਬਹਿ ਕੇ ਕੋਈ ਕਬੂਤਰ ਬਾਜੀ ਨਹੀਂ ਜੀ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਦੱਸ ਦਈਏ ਕਿ ਬਠਿੰਡੇ ਏਰੀਏ ਦੇ ਵਿੱਚ ਡੀ ਸੀ ਜਦੋਂ ਵੀ ਤੁਸੀਂ ਨਾਂ ਲਾਓਗੇ ਡੀ ਸੀ ਇੱਕ ਤਾਂ ਨਾਂ ਬੜਾ ਵੱਖਰਾ ਜਿਹਾ ਡੀ ਸੀ ਅਤੇ ਵੱਖਰਾ ਨਾ ਜੀ ਡੀ ਸੀ ਕਿਉਂਕਿ ਨਾਂ ਬੜਾ ਦਿਮਾਗ 'ਤੇ ਉਹਦੀ ਜੜ ਜਾਂਦਾ ਕਿ ਡੀ ਸੀ ਕੌਣ ਹੈ ਯਾਰ ਬਠਿੰਡੇ ਏਰੀਏ ਦਾ ਬਹੁਤ ਵਧੀਆ ਇਨਸਾਨ ਡੀ ਸੀ ਸਾਹਿਬ ਜਿਨ੍ਹਾਂ ਨੇ ਕਬੂਤਰਬਾਜ਼ੀ ਦੇ ਵਿੱਚ ਮੈਨੂੰ ਲੱਗਦਾ ਵੀ ਕੋਈ ਵੀ ਪੰਜਾਬ ਦਾ ਕੋਨਾ ਨਹੀਂ ਛੱਡਿਆ ਹੋਣਾ ਜਿੱਥੇ ਬਾਜ਼ੀ ਨਾ ਛੱਡੀ ਹੋਵੇ ਅਤੇ ਉਹਨਾਂ ਦੇ ਚੇਲੇ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਇੱਕ ਬਹੁਤ ਵਧੀਆ ਗੁਰੂ ਜਿਹੜਾ ਆਪਦਾ ਚੁਣਿਆ ਅਤੇ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਪਹਿਲੀ ਬਾਜ਼ੀ ਦੀ ਪਹਿਲੀ ਬਾਜ਼ੀ ਕਿਹੜੇ ਪਿੰਡ ਛੱਡੀ ਸੀ ਤੁਸੀਂ ਅਸੀਂ ਪਹਿਲੀ ਬਾਜ਼ੀ ਛੱਡੀ ਸੀਗੀ ਅਸੀਂ ਗੋਸਲ ਗੋਸਲ ਹਾਂਜੀ ਉਹ ਜਿੱਤੇ ਜਾਂ ਹਾਰੇ ਕੀ ਰਿਜ਼ਲਟ ਰਿਹਾ ਉੱਥੇ ਆਪਣਾ 3000 ਕਬੂਤਰ ਹੈਗੇ ਹੱਲ ਗਏ ਹੱਲ ਗਿਆ ਸੀ ਕਬੂਤਰ ਬੱਚਾ ਸੀ ਜਿਹੜੀ ਤੁਸੀਂ ਪਹਿਲੀ ਬਾਜ਼ੀ ਜਿੱਤੀ ਸੀ ਉਹ ਕਿਹੜੇ ਪਿੰਡ ਜਿੱਤੀ ਸੀ ਇੱਥੋਂ ਚਲੋ ਅੱਜ ਮਿਹਨਤ ਰੰਗ ਲੈ ਆਈ ਠੀਕ ਹੈ ਜੀ ਫਿਰ ਜਿਹੜੇ ਆਪਣੇ ਪਸ਼ੂ ਹੈ ਵੱਧ ਪੱਠੇ ਪਾਏ ਹੋਣੇ ਉਹਨਾਂ ਨੇ ਖੁਸ਼ ਕੀਤਾ ਹੋਣਾ ਬਾਪੂ ਨੂੰ ਵੀ ਅੱਜ ਵੀ ਮੁੰਡਾ ਬਾਰੀ ਜਿੱਤ ਕੇ ਆਇਆ ਚਲੋ ਮੱਝਾਂ ਦੀ ਵੀ ਸੇਵਾ ਕਰ ਦਿੰਦੇ ਹਾਂ ਥੋੜ੍ਹੀ ਜੀ ਠੀਕ ਹੈ ਜੀ ਬਹੁਤ ਵਧੀਆ ਜੀ ਅਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਤੁਸੀਂ ਦੱਸਿਆ ਵੀ ਰਾਜਨ ਵਾਲੇ ਕਬੂਤਰ ਆਪਾਂ ਲੈ ਕੇ ਆਏ ਉਹਦੇ ਬਾਈ ਨਾਲ ਕਿਵੇਂ ਮੇਲ ਹੋਇਆ ਰਾਜਨ ਵਾਲੇ ਕਬੂਤਰਾਂ ਦਾ ਤੁਹਾਨੂੰ ਕਿਵੇਂ ਮਿਲੇ ਉਹਦੀ ਥੋੜ੍ਹੀ ਜਿਹੀ ਸਟੋਰੀ ਆਪਣੀ ਪੂਰੀ ਡਿਟੇਲ ਦੇ ਨਾਲ ਦੱਸੋ ਅਸੀਂ ਜੀ ਹੌਲੀ ਹੌਲੀ ਉੱਥੇ ਗੋਸਲ ਜਾਣ ਲੱਗ ਗਏ ਬਜ਼ਾਰਾਂ 'ਚ ਖਿਆਰੀਆਂ ਸੀ ਜੀ ਉੱਥੇ ਜਾਂਦੇ ਅਤੇ ਉਹਨਾਂ ਨੇ ਸਾਨੂੰ ਦੇ ਦਿੰਦੇ ਕੱਲਾ ਕਬੂਤਰ ਜੀ ਅਸੀਂ ਚੱਲ ਲਿਆ ਕੇ ਛੱਡ ਛੁੱਟ ਲੈਂਦੇ ਉਸ ਤੋਂ ਬਾਅਦ ਬਾਈ ਚੱਠੇ ਨੇ ਬਲਵੀਰ ਨਾਲ ਅੱਡ ਕਰਕੇ ਲੈ ਕੇ ਬਠਿੰਡੇ ਆ ਕਬੂਤਰਾਂ 'ਤੇ ਉਸ ਤੋਂ ਬਾਅਦ ਸਾਨੂੰ ਬਾਈ ਵਾਲਾ ਚਲੋ ਮੈਂ ਇੱਥੇ ਡਾਲੇ ਨੇ ਤੁਹਾਡੇ ਕੋਲ ਬਠਿੰਡੇ ਲੋਟਣੇ ਆਉਂਦੇ ਉਸ ਤੋਂ ਬਾਅਦ ਕਸਾਲੇ ਇੱਥੇ ਡਾਏ ਉਸ ਤੋਂ ਬਾਅਦ ਚਲੋ ਉਹਦਾ ਘਰ ਦਾ ਉਹ ਸੀਗਾ ਉਹਨੇ ਲਗਾਨ ਕਰ ਲਈ ਮੈਡੀਕਲ ਮੁੜ ਕੇ ਉਹ ਕਬੂਤਰ ਸਾਡੇ ਕੋਲ ਸਾਰੇ ਛੱਡ ਗਏ ਉਹੀ ਕਬੂਤਰ ਸੀ ਉਹ ਅੰਦਰ ਰੱਖੇ ਬਹੁਤ ਵਧੀਆ ਜੀ ਹਾਂਜੀ ਡੀ ਸੀ ਸਾਹਿਬ ਨੂੰ ਤੁਸੀਂ ਜਦੋਂ ਗੁਰੂ ਬਣਾ ਲਿਆ ਉਸ ਤੋਂ ਬਾਅਦ ਤੁਹਾਡੇ ਵੀ ਚੇਲੇ ਬਣੇ ਹੋਣਗੇ ਹਾਂਜੀ ਸਾਡੇ ਵੀ ਬਣੇ ਚੇਲੇ ਜੀ ਕਿੰਨੇ ਚੇਲੇ ਅੱਗੇ ਤੁਹਾਡੇ ਬਣੇ ਸਾਡੇ ਹੈਗੇ 3 ਚੇਲੇ ਬਣੇ ਤਿੰਨ ਕਿਹੜੀ ਕਿਹੜੀ ਜਗ੍ਹਾ ਤੋਂ ਇੱਕ ਤਾਂ ਇਹ ਚੀਮਿਆਂ ਦਾ ਮੁੰਡਾ ਲੱਖੀ ਜੀ ਹਾਂਜੀ ਕਨੇਡਾ ਗਿਆ ਮੁੰਡਾ ਜੀ ਅਤੇ ਦੂਜਾ ਚੇਲਾ ਜੀ ਦੂਜਾ ਚੇਲਾ ਹੈਗਾ ਜੀ ਨਾਗਲੇ ਤੋਂ ਜੀ ਹਾਂਜੀ ਅਤੇ ਤੀਜਾ ਤੀਜਾ ਗੁਜਰਾਂ ਤੋਂ ਤੀਜਾ ਗੁਜਰਾਂ ਤੋਂ ਗੁਜਰਾਂ ਅਤੇ ਕਿੰਨੀ ਦੇਰ ਹੋ ਗਈ ਜਿਹੜੇ ਤੁਹਾਡੇ ਚੇਲੇ ਬਣੇ ਅੱਗੇ ਉਹਨਾਂ ਬਸ ਐਤਕੀ ਬਣੇ ਜੀ ਐਤਕੀ ਬਣੇ ਆ ਜੀ ਕੁਛ ਬਾਜੀਆਂ ਚੇਲਾ ਜਦੋਂ ਤੁਹਾਡਾ ਉਹ ਬਣ ਗਏ ਸੀਗੇ ਕੁਛ ਬਾਜੀਆਂ ਉਹਨਾਂ ਨੇ ਛੱਡੀਆਂ ਨਹੀਂ ਨਹੀਂ ਐਤਕੀ ਛੱਡਣ ਦੇ ਜਮਾ ਅੱਛਾ ਐਤਕੀ ਬਣੇ ਆ ਹਲੇ ਬਾਜੀਆਂ ਨਹੀਂ ਛੱਡੀਆਂ ਬਾਜੀਆਂ ਨਹੀਂ ਛੱਡੀਆਂ ਜੀ ਬਹੁਤ ਵਧੀਆ ਜੀ ਕਿਉਂਕਿ ਇਹਨਾਂ ਨੇ ਗੁਰੂ ਧਾਰਿਆ ਸੀ ਉਸ ਤੋਂ ਬਾਅਦ ਤੁਹਾਡੇ ਚੇਲੇ ਬਣੇ ਵਧੀਆ ਲੱਗਿਆ ਜੀ ਕਿਉਂਕਿ ਤੁਹਾਡਾ ਵੀ ਜਿਹੜਾ ਨਾਮ ਜੋ ਤੁਸੀਂ ਅੱਜ ਡੀ ਸੀ ਸਾਹਿਬ ਦਾ ਰੋਸ਼ਨ ਕਰ ਰਹੇ ਹੋ ਤੁਹਾਡਾ ਵੀ ਉਹ ਕੱਲ੍ਹ ਨੂੰ ਰੋਸ਼ਨ ਕਰਨਗੇ ਨਾਮ ਹੋਰ ਕੋਈ ਬਾਜੀ ਦੀ ਇਹੋ ਜਿਹੀ ਗੱਲਬਾਤ ਆਪਣੀ ਕੁਝ ਖਾਸ ਬਾਜੀ ਹੁੰਦੀ ਹੈ ਕਈ ਵਾਰੀ ਕਬੂਤਰ ਦੋ ਰਹਿ ਜਾਂਦੇ ਆ ਬਾਜੀ ਦੇ ਵਿੱਚ ਹਾਂਜੀ ਜਾਂ ਕਈ ਵਾਰੀ ਹੁੰਦਾ ਆਪਣੇ ਕਿਸੇ ਨਾਲ ਅੜਫਸ ਹੋ ਜਾਂਦੀ ਹੈ ਜਾਂ ਕਈ ਵਾਰੀ ਹੁੰਦਾ ਹੈ ਕਿ ਆਪਣੇ ਨਾਲ ਕਬੂਤਰ ਨਾਲ ਕਿਸੇ ਨੇ ਸਾਂਝੀ ਨਹੀਂ ਕੀਤੀ ਤਿੰਨਾਂ ਨੇ ਇੱਕ ਪਾਸੇ ਸਾਂਝੀ ਕਰ ਲਈ ਉਦੋਂ ਆਪਣਾ ਜਿੱਤਿਆ ਹੋਵੇ ਕੋਈ ਇਹੋ ਜਿਹੀ ਗੱਲਬਾਤ ਹੋਵੇ ਆਪਣੀ ਬਾਜੀਆਂ ਦੇ ਵਿੱਚ ਰਹੀ ਤਾਂ ਉਹ ਜ਼ਰੂਰ ਦੱਸੋ ਨਹੀਂ ਜੀ ਇਹੋ ਜਿਹੀ ਹੋਈ ਤਾਂ ਹੈ ਨਹੀਂ ਜੀ ਆਪਾਂ ਐਤਕੀ ਢੇਰਵੀਂ ਸੀਗੇ ਜੀ ਜੀ ਤਿੰਨ ਕਬੂਤਰ ਹੈਗੇ ਸੀਗੇ ਜੀ ਉਤਲਿਆਂ 'ਚ ਦੋ ਰਹਿਗੇ ਸੀ ਆਪਣੇ ਦੇ ਭੁੱਟੋ ਕਰ ਜੀ ਅਤੇ ਭੁੱਟੋ ਮੈਨੂੰ ਤਾਂ ਆਪਾਂ ਵੰਡ ਲੈਣੇ ਆ ਜੀ ਜੀ ਮਾਂ ਜਲ ਤੁਸੀਂ ਕਹਿਣਾ ਆਪਾਂ ਬਹਾਲ ਹੋ ਜੀ ਉਹਨਾਂ ਦਾ ਤਾਂ ਜੀ ਬਹਿ ਗਿਆ ਸੀ ਉਹਦੀ ਆਪਣੇ ਘੰਟਾ ਵੱਧ ਉੱਡੀ ਤੁਹਾਡੀ ਕਬੂਤਰੀ ਘੰਟਾ ਵੱਧ ਉੱਡੀ ਹੋਰ ਕੋਈ ਇਹੋ ਜਿਹੀ ਕਈ ਵਾਰੀ ਖਾਸ ਬਾਜੀ ਹੁੰਦੀ ਹੈ ਜਿਹੜੀ ਆਪਾਂ ਨੂੰ ਕਦੇ ਨਾ ਭੁੱਲਣ ਵਾਲੀ ਹੋਵੇ ਕੋਈ ਖੁਸ਼ੀ ਵਾਲੀ ਬਾਜੀ ਹੁੰਦੀ ਹੈ ਜਿੱਥੇ ਆਪਾਂ ਨੂੰ ਕੋਈ ਉਮੀਦ ਨਾ ਹੋਵੇ ਕਬੂਤਰ ਜਿੱਤਿਆ ਹੋਵੇ ਇਹੋ ਜਿਹੀ ਬਾਜੀ 'ਚ ਕੋਈ ਹੈ ਔਲਖਾਂ ਕੀ ਉੱਥੋਂ ਦੀ ਗੱਲ ਸੁਣਾਓ ਸਾਨੂੰ ਔਲਖਾਂ ਦੀ ਕੀ ਗੱਲ ਸੀ ਦੱਸਣ ਮੈਂ ਅਸੀਂ ਔਲਖੀ ਬਾਜੀ ਛੱਡੀ ਜੀ ਔਲਖੀ ਬਾਜੀ ਛੱਡੀ ਅਤੇ ਮੈਂ ਡੀ ਸੀ ਨੂੰ ਫੋਨ ਲਾ ਲਿਆ ਵੀ ਗੁਰੂ ਜੀ ਨੂੰ ਜੀ ਮੰਗਾਈ ਬਾਜੀ ਵੰਡਣ ਨੂੰ ਕਹਿੰਦੇ ਆਪਾਂ ਨੂੰ ਮੈਨੂੰ ਕਹਿੰਦਾ ਜੇ ਬਾਜੀ ਵੰਡਣੀ ਆ ਤੂੰ ਇਹਨਾਂ ਨਾਲ ਅਤੇ ਵੇਗੇ 'ਚ ਨਾ ਬੜੀ ਜੀ ਅਤੇ ਮੈਂ ਕਿਹਾ ਜੀ ਕਿਵੇਂ ਜੀ ਕਹਿੰਦਾ ਬਾਜੀ ਨਹੀਂ ਵੰਡਣੀ ਬਸ ਤੂੰ ਚੁੱਪ ਕਰਕੇ ਬੈਠਾ ਰਿਹਾ ਮੈਨੂੰ ਕਹਿੰਦਾ ਆਪਣਾ 7 ਵਜੇ ਇਕੱਲਾ ਪਰਦਾ ਅਤੇ ਉਹੀ ਗੱਲ ਆ ਕੰਨ ਤਿਆਰ ਕੇ ਜੀ ਹੋਰ ਸੀਗੇ ਜੀ ਬਹੁਤ ਮਿੰਨਤਾਂ ਕਰੀਆਂ ਕਿਸੇ ਨੇ ਫਿਰ ਮੈਂ ਆਖ ਕਰੀ ਨਹੀਂ ਕਿਸੇ ਨਾਲ
ਫਿਰ ਜਮਾ ਹਾਨੀ ਸਾਹਿਬ ਨੂੰ ਮੈਨੂੰ ਕਾਂਤਾ ਕਹਿੰਦਾ ਵੀ ਮੇਰੇ ਡੀ ਸੀ ਨਾਲ ਗੱਲ ਕਰਾ ਦੇ ਮੇਰੀ ਜੀ। ਫਿਰ ਮੈਂ ਡੀ ਸੀ ਬਾਈ ਨਾਲ ਗੱਲ ਕਰਾਈ, ਫਿਰ ਕਾਂਤੇ ਦਾ ਅਤੇ ਸਾਡਾ ਦੋ ਕਾਂਤੇ ਕਹਿੰਦਾ ਉਹਦੀ ਵਿਆਹ ਸੀ ਸਾਡਾ ਜੀ 8:30-9 ਰਾਤ ਨੂੰ ਡਿੱਗਿਆ ਜੀ। ਹਾਂਜੀ ਬਹੁਤ ਵਧੀਆ ਲੱਗਿਆ ਜੀ। ਇੱਕ ਤਾਂ ਇਹਨਾਂ ਦੀ ਜਿਹੜੀ ਗੱਲ ਹੈ ਕਿ ਜਿਹੜੀ ਇਹਨਾਂ ਨੇ ਆਪਦੇ ਗੁਰੂ ਦੀ ਗੱਲ ਮੰਨੀ, ਗੱਲ ਬਾਜੀ ਦੀ ਨਹੀਂ ਹੁੰਦੀ, ਗੱਲ ਸਨਮਾਨ ਦੀ ਹੁੰਦੀ ਹੈ, ਕਿਉਂਕਿ ਜਿਹੜਾ ਗੁਰੂ ਆਪਣੇ ਪਿਤਾ ਦੇ ਸਮਾਨ ਹੁੰਦਾ। ਜੇ ਉਹਨਾਂ ਨੇ ਕਹਿਤੀ ਸੀ ਤੁਸੀਂ ਚਾਹੇ ਕਬੂਤਰ ਹਰਦਾ ਜਾਂ ਜਿੱਤਦਾ, ਬਹੁਤ ਵਧੀਆ ਜਿਹੜਾ ਉਹਨਾਂ ਦਾ ਤੁਸੀਂ ਜਿਹੜਾ ਕਿ ਉਹਨਾਂ ਨੇ ਤੁਹਾਨੂੰ ਜੋ ਵੀ ਕਿਹਾ ਸੀ ਉਹਨਾਂ ਦਾ ਕਹਿਣਾ ਮੰਨਿਆ, ਮੈਨੂੰ ਬਹੁਤ ਵਧੀਆ ਲੱਗਿਆ ਜੀ। ਤੇ ਲੱਗਦਾ ਵੀ ਆਪਣੇ ਜਿੰਨੇ ਵੀ ਆਪਣੀ ਜਿਹੜੀ ਇਹ ਮੂਵੀ ਆਊਗੀ ਵੇਖਣਗੇ ਉਹਨਾਂ ਨੂੰ ਵੀ ਇਹ ਗੱਲ ਬਹੁਤ ਵਧੀਆ ਲੱਗੀ, ਕਿਉਂਕਿ ਆਮ ਹੁੰਦਾ ਗੁਰੂ ਦਾ ਚੇਲੇ ਨਾਲ ਵਿਗਾੜ ਕਦੋਂ ਪੈਂਦਾ ਹਮੇਸ਼ਾ, ਨਾ ਤਾਂ ਗੁਰੂ ਗਲਤ ਹੁੰਦਾ ਨਾ ਚੇਲਾ ਗਲਤ ਹੁੰਦਾ, ਕੁਛ ਇਹੋ ਜਿਹੀਆਂ ਗੱਲਾਂ ਤੋਂ ਹੀ ਵਿਗਾੜ ਪੈ ਜਾਂਦਾ। ਮੰਨ ਲਓ ਤੁਹਾਨੂੰ ਆਪਣੇ ਗੁਰੂ ਨੇ ਤੁਹਾਡੇ ਡੀਸੀ ਨੇ ਕਹਿਤਾ ਬਾਜੀ ਤੁਸੀਂ ਨਹੀਂ ਵੰਡਣੀ, ਤੁਹਾਡਾ ਕਬੂਤਰ ਹਰ ਜਾਂਦਾ, ਤੁਹਾਨੂੰ ਜਿਹੜੇ 10 ਬੰਦੇ ਕਹੀ ਜਾਂਦੇ ਬਾਜੀ ਵੰਡ ਲਾ, ਉਦੋਂ ਯਾਰ ਜੇ ਆਪਾਂ ਨੂੰ ਲਾਜ ਗੁਰੂ ਜੀ ਨੇ ਐਂ ਕਹਿਤਾ ਜੇ ਆਪਾਂ ਬਾਜੀ ਵੰਡ ਲੈਂਦੇ, ਇਸ ਕਰਕੇ ਗੱਲ ਬਹੁਤ ਵਧੀਆ ਲੱਗੀ ਤੁਹਾਡੀ। ਮੰਨਣੀ ਫਿਰ ਪੈਂਦੀ ਹੈ ਜੀ, ਬਿਲਕੁਲ ਜੀ ਮੰਨਣੀ ਵੀ ਪੈਂਦੀ ਹੈ, ਮੰਨੋ ਜੇ ਗੁਰੂ ਬਣਾਇਆ ਤਾਂ ਮੰਨਣੀ ਵੀ ਪਊਗੀ, ਬਿਲਕੁਲ ਜੀ ਬਹੁਤ ਵਧੀਆ। ਕੋਈ ਹੋਰ ਇਹੋ ਜਿਹੀ ਗੱਲਬਾਤ ਬਾਜੀ ਦੀ ਜਿੱਥੇ ਕਬੂਤਰ ਵੱਧ ਉੱਡਿਆ ਹੋਵੇ? ਐਂ ਢੇੜਵੀਂ ਸੀਗਾ ਜੀ, ਜੀ ਢੇੜਵੀਂ ਮੈਨੂੰ ਬਾਈ ਜਿਹੜਾ ਵੀ ਛੀ ਰਹੇ ਕਬੂਤਰ ਕਹਿੰਦਾ ਆਪਣੀ ਮਹਾਰਾਜ ਜੀ ਆਪਣੇ ਸੱਤ ਢੇੜਵਾਂ ਜੀ, ਅਤੇ ਬਾਈ ਜਿਹੜਾ ਆਪਣੀ ਬਜਾਊਗੀ ਸੱਤ ਮਾਰ, ਹਾਂ ਫਿਰ ਇਹਦਾ ਬਹਿ ਜਾਂਦੇ ਆਪਾਂ ਪਾਸੇ ਹੋ ਗਏ, ਅਤੇ ਫਿਰ ਜੀ ਸਾਰੇ ਬਹਿਬੂ ਗਏ ਸੀਗੇ, ਇੱਕ ਭੁੱਚੋ ਵਾਲਾ ਕਬੂਤਰ ਹੈਗਾ ਸੀ ਉਹ ਵੀ ਫਿਰ ਬਾਹਲਾ ਕਰਨ ਲੱਗੇ ਬਾਈ ਨੂੰ ਕਰਨ ਲੱਗਾ, ਫਿਰ ਬਾਈ ਜਿਹੜਾ ਦੋ ਹਿੱਸੇ ਲਵਾਂ ਗਏ ਸੀ, ਫਿਰ ਦੋ ਹਿੱਸੇ ਲੈ ਕੇ ਉਹਨਾਂ ਨਾਲ ਬਾਈ ਲੰਘੇ ਸੀ ਆਪਣੇ 7 ਵਜੇ ਬੈਠੇ। ਤੇ ਕਦੇ ਇਹੋ ਜਿਹਾ ਮੌਕਾ ਜਿੱਥੇ ਡੀ ਸੀ ਬਾਈ ਨੇ ਵੀ ਛੱਡਿਆ ਹੋਵੇ ਆਪਣਾ ਵੀ ਕਬੂਤਰ ਛੱਡਿਆ ਹੋਵੇ ਤੇ ਆਪਸ ਚ ਦੋਨੇ ਰਹਿ ਗਏ, ਹੁਣ ਕੋਈ ਇਹੋ ਜਿਹੀ ਬਾਜੀ ਨਹੀਂ, ਇਹੋ ਜਿਹੀ ਬਾਜੀ ਨਹੀਂ, ਇਹੋ ਜਿਹੀ ਕੋਈ ਨਹੀਂ ਹਲੇ ਤੀਕਰ ਬਾਜੀ ਹੋਈ। ਠੀਕ ਹੈ, ਕੋਈ ਹੋਰ ਕਬੂਤਰ ਬਾਜੀ ਦੀ ਖਾਸ ਗੱਲ ਕਦੇ ਕੋਈ ਘਰ ਚ ਗੱਲ ਹੋਈ ਹੋਵੇ ਕਬੂਤਰ ਬਾਜੀ ਤੇ ਜਾਂ ਕਿਸੇ ਦੋਸਤ ਮਿੱਤਰ ਨਾਲ ਹੋਈ ਹੋਵੇ ਤਾਂ ਜ਼ਰੂਰ ਉਹ ਵੀ ਸ਼ੇਅਰ ਕਰੋ, ਅੱਜ ਆਪਾਂ ਮੌਕਾ ਮਿਲਿਆ। ਕੋਈ ਗੱਲਬਾਤ ਕਈ ਵਾਰੀ ਹੁੰਦੀ ਆਪਣੇ ਦੋਸਤ ਮਿੱਤਰ ਨਾਲ ਹੁੰਦੀ, ਕੋਈ ਹਾਸੀ ਮਜ਼ਾਕ, ਕੋਈ ਕਬੂਤਰ ਲੈ ਗਿਆ ਹੁੰਦਾ ਮੋੜਦਾ ਨਹੀਂ ਜਾਂ ਬੱਚੇ ਕਢਾਉਣ ਨੂੰ ਲੈ ਗਿਆ ਹੋਵੇ ਚੱਕ ਕੇ ਲੈ ਗਿਆ ਹੋਵੇ, ਕੋਈ ਇਹੋ ਜਿਹੀ ਗੱਲਬਾਤ ਸ਼ੇਅਰ ਕਰਨੀ ਚਾਹੋ? ਨਹੀਂ ਨਹੀਂ ਇਹ ਜਦ ਆਪਾਂ ਜੀ ਜਿਹੜੇ ਦੇਖਦੇ ਆ ਸਾਰਿਆਂ ਨੂੰ ਜੀ ਮੋੜ ਹੀ ਜਾਂਦੇ ਜੀ ਬੱਚੇ ਬੱਚੇ ਕਿਹੜਾ ਆਪਣੇ ਕਿਹੜੇ ਕਿਹੜੇ ਵੀਰ ਕਬੂਤਰ ਲੈ ਕੇ ਜਾਂਦੇ ਆਪਣੇ ਕੋਲ ਇੱਥੋਂ? ਹੋਰ ਆਪਣੇ ਤੋਂ ਜੀ ਆਸ਼ੂ ਵੀ ਲਿਆ ਕੇ ਲਾ ਰਿਹਾ ਪੁਰਾਣਾ ਜੀ, ਉਹ ਵੀ ਲੈ ਕੇ ਗਿਆ ਸੀ ਅਸੀਂ, ਇੱਕ ਪਿੱਛੇ ਜੇ ਸੁਣਿਆ ਸੀ ਵੀ ਤੁਹਾਡੇ ਤੋਂ ਕਬੂਤਰ ਮੁੱਲ ਲੈ ਕੇ ਗਏ ਆ, ਕਿਹੜੇ ਵੀਰ ਲੈ ਕੇ ਗਏ ਸੀ ਤੇ ਕੀ ਰੇਟ ਚ ਲੈ ਕੇ ਗਏ ਸੀ? ਉਹ ਜੀ 2 ਜੋੜੀਆਂ ਲੈ ਕੇ ਗਏ ਸੀਗੇ ਜੀ, ਜੀ ਹਾਂਜੀ 50,000 ਰੁਪਏ, 50,000 ਦੀਆਂ 2 ਜੋੜੀਆਂ 25,000 ਦਾ ਇੱਕ ਜੋੜਾ, ਹਾਂ 25,000। ਕੌਣ ਵੀਰ ਲੈ ਕੇ ਗਿਆ ਸੀ? ਇਹ ਤੇਜ਼ ਆਰ ਕੇ ਦਵਾ ਤੇ ਲਈ ਸੀ ਗੱਲ ਤੇ ਜੀ, ਗਿਲਤ ਤੇਜ਼। ਠੀਕ ਹੈ, ਤੇ ਤੁਸੀਂ ਵੀ ਕਦੇ ਮੁੱਲ ਲੈ ਕੇ ਆਏ ਹੋ? ਹਾਂਜੀ ਪਹਿਲਾਂ ਅਸੀਂ ਵੀ ਲੈ ਕੇ ਆਏ ਜੀ। ਠੀਕ ਹੈ ਜੀ, ਮਤਲਬ 2 ਜੋੜੀਆਂ ਤੋਂ ਬਾਅਦ ਕੋਈ ਹੋਰ ਵੀ ਮੁੱਲ ਲੈਣ ਆਇਆ ਤੁਹਾਡੇ ਕੋਲੋਂ? ਹਾਂਜੀ ਫੋਨ ਤਾਂ ਬਹੁਤ ਆਈ ਜਾਂਦੇ ਜੀ, ਕਰੀ ਜਾਂਦੇ ਆ ਵੀ ਮੁੱਲ ਕਬੂਤਰ ਦਿਓ ਸਾਨੂੰ ਜੀ। ਜੀ ਪਰ ਆਪ ਵੀ ਵਡਾਉਣੇ ਜੀ, ਹੁਣ ਮੇਨ ਮੇਨ ਕਬੂਤਰ ਆ ਜੀ। ਜੀ ਹਾਂਜੀ, ਜਿਹੜੇ ਕਬੂਤਰ ਹੈ ਕਈ ਲੋਕ ਕਹਿ ਦਿੰਦੇ ਵੀ ਮੁੱਲ ਵੇਚਦੇ ਆ, ਹਾਂਜੀ ਤੁਸੀਂ ਮੁੱਲ ਦਿੱਤੇ ਆ, ਬਹੁਤ ਖਿਡਾਰੀ ਵੀਰ ਆ ਮੁੱਲ ਦਿੰਦੇ ਆ, ਹਾਂਜੀ ਯਾਰ ਚਲੋ ਦੇਣੇ ਵੀ ਚਾਹੀਦੇ ਆ, ਆਪਦੀ ਚੀਜ਼ ਹੈ ਮੁੱਲ ਤੁਸੀਂ ਲਿਆਏ ਹੋ ਤਾਂ ਮੁੱਲ ਦਿਓ, ਉਹਦੇ ਬਾਰੇ ਕੁਛ ਕਹਿਣਾ ਚਾਹੋ ਤਾਂ? ਉਹ ਤਾਂ ਫਿਰ ਜੀ ਹੁਣ ਆਪਾਂ ਲਿਆਉਂਦੇ ਵੀ ਆਪਾਂ ਤੇ ਦੇਣ ਦਾ ਵੀ ਡਰ ਵੀ ਕੀ ਹੈ ਜੀ, ਹੈ ਪਸ਼ੂ ਕਿਹੜਾ ਆਪਾਂ ਪਾਲ ਕੇ ਵੇਚਦੇ ਨੀ ਜੀ, ਆਪਣਾ ਹੈ ਹੀ ਰੁਜ਼ਗਾਰ ਜੀ, ਇਹ ਰੁਜ਼ਗਾਰ ਹੈ ਜੀ, ਹੁਣ ਸ਼ੌਕ ਤਾਂ ਰਹੀ ਨਹੀਂ ਗਿਆ ਜੀ ਇਹ, ਬਿਲਕੁਲ ਜੀ ਹਰੇਕ ਬੰਦੇ ਦਾ ਰੁਜ਼ਗਾਰ ਹੈ ਜੀ, ਰੁਜ਼ਗਾਰ ਹੈ ਜੀ। ਇੱਕ ਤੁਸੀਂ ਸ਼ਾਇਦ ਗੱਲ ਕਰ ਰਹੇ ਸੀ ਆਪਦੇ ਗੁਰੂ ਦੀ, ਕੁਛ ਕਬੂਤਰਾਂ ਬਾਰੇ ਕਹਿ ਰਹੇ ਸੀ। ਅੱਛਾ ਉਹ ਆਪਾਂ ਨੂੰ ਇਹ ਬਈ ਸਾਡੇ ਗੁਰੂ ਨੇ ਵੀ ਇਹੀ ਗੱਲ ਆਖੀ ਸੀ ਜੀ, ਕਹਿੰਦਾ ਪਹਿਲਾਂ ਮੈਂ ਇਹ ਗੱਲ 'ਤੇ ਨਫ਼ਰਤ ਕਰਦਾ ਸੀ ਵੀ ਕਬੂਤਰ ਵੇਚਣਾ ਨਹੀਂ ਚਾਹੀਦਾ ਜੀ, ਇਹ ਕਹਿੰਦਾ ਵੇਚਣਾ ਹੀ ਚਾਹੀਦਾ ਜੀ ਜੀ, ਅਤੇ ਬੰਦਾ ਮੋੜ ਕੇ ਨਹੀਂ ਜਾਂਦਾ ਕਹਿੰਦਾ ਜਿਹੜਾ ਲੈ ਜਾਂਦਾ ਜੀ, ਜੀ ਮੁੱਲ ਦੇ ਦਿੰਦੇ ਆਪਾਂ ਬੰਦਾ ਨਿਫਰਖੰਡ ਹੋ ਜਾਂਦੇ। ਬਿਲਕੁਲ ਸਹੀ ਗੱਲ ਹੈ ਜੀ, ਆਪਾਂ ਪੈਸੇ ਲੈ ਲਏ ਅਗਲਾ ਚੀਜ਼ ਲੈ ਗਿਆ, ਤੁਹਾਨੂੰ ਉਮੀਦ ਨਹੀਂ ਹੁੰਦੀ ਵੀ ਆਪਾਂ ਵਾਪਸ ਲੈਣੀ, ਮੋੜੇ ਨਾ ਮੋੜੇ, ਮੋੜੇ ਨਾ ਮੋੜੇ। ਪਹਿਲਾਂ ਅਸੀਂ ਫਿਰ ਵੇਚਿਆ ਵੀ ਨਹੀਂ ਸੀ ਜੀ, ਇਹ ਫਿਰ ਜਦੋਂ ਸਾਡੇ ਗੁਰੂ ਨੇ ਆਖਿਆ ਜੀ ਡੀ ਸੀ ਨੇ ਜੀ,
ਫਿਰ ਹੀ ਅਸੀਂ ਵੇਚਣ ਲੱਗੇ। ਵੇਚਣਾ ਪੈਸਾ ਨੂੰ ਜੋੜਾ, ਫਿਰ ਅਸੀਂ ਇਹ ਕਹਿੰਦਾ ਵੇਚਦਾ ਕੋਲ ਕੋਈ ਡਰ ਨਹੀਂ ਕਹਿੰਦਾ ਜੀ। ਪਹਿਲਾਂ ਅਸੀਂ ਇਹਦੀ ਮੰਨਦੀ ਰਹੀ ਗੱਲ ਭਾਈ ਜੀ। ਬਹੁਤ ਵਧੀਆ ਗੱਲ ਹੈ ਜੀ, ਜੇ ਆਪਣੇ ਬਾਈ ਜੀ ਡੀ ਸੀ ਨੇ ਇਹ ਗੱਲ ਕਹੀ ਹੈ, ਸਹੀ ਗੱਲ ਹੈ। ਪਿੱਛੇ ਜੇ ਉਹਨਾਂ ਦਾ ਜਿਹੜਾ ਕਾਫੀ ਇੱਕ ਵੀਡੀਓ ਵੀ ਸੁਣੀ ਸੀ ਕਿ ਕਬੂਤਰ ਲੈ ਗਏ ਮੋੜ ਕੇ ਨਹੀਂ ਗਏ, ਪਰ ਜਿਹੜੀ ਆ ਉਹ ਵਧੀਆ ਗੱਲ ਹੈ ਜੀ। ਜੇ ਤੁਸੀਂ ਕਿਸੇ ਨੂੰ ਮੁੱਲ ਚੀਜ਼ ਦੇਤੀ ਉਹ ਆਪਣੀ ਨਹੀਂ ਰਹਿੰਦੀ, ਉਹ ਅਗਲੇ ਘਰ ਦੀ ਹੋ ਜਾਂਦੀ ਹੈ। ਬਹੁਤ ਵਧੀਆ ਜੀ ਇਹ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਪਹਿਲੀ ਬਾਜੀ ਜਿਹੜੀ ਕਬੂਤਰੀ ਛੱਡੀ ਸੀ, ਇਹ ਕਿੱਥੇ ਛੱਡੀ ਸੀ ਜੀ ਬਾਜੀ? ਤਰੰਜੀ ਖੇਡੇ ਸੀ। ਤਰੰਜੀ ਖੇਡੇ ਜੀ? ਹਾਂਜੀ। ਕਿੰਨੇ ਕਬੂਤਰ ਉੱਡੇ ਸੀ ਟੋਟਲ? 62 ਕਬੂਤਰ ਸੀ। 62 ਕਬੂਤਰਾਂ? ਹਾਂਜੀ। ਕਿੰਨੇ ਕਬੂਤਰਾਂ ਸਾਂਝੀ ਹੋਈ ਜੀ ਬਾਜੀ? ਉਹੀ ਤਾਂ ਚਾਰਾਂ ਸੀ, 7 ਵਜੇ ਤਾਈਂ ਉੱਡੇ ਇਕੱਲੀ। ਇਕੱਲੀ 7 ਵਜੇ ਤੱਕ? ਹਾਂਜੀ ਹਾਂਜੀ। ਲਓ ਜੀ ਮਾੜਾ ਜਿਹਾ ਵਿਖਾਓ ਕਬੂਤਰੀ ਨੂੰ। ਲਓ ਜੀ ਸ਼ਾਹ ਆਖੀ ਕਬੂਤਰੀ, ਫਿਰ ਢਾਂਗੇ 'ਤੇ ਆਈ ਜੀ ਕਬੂਤਰੀ? ਬਸ ਢਾਂਗੇ ਵਾਲੀ ਕੰਮ ਹੀ ਸੀ, ਥੱਲੇ ਡਿੱਗ ਪਈ ਜੀ। ਥੱਲੇ ਡਿੱਗ ਪਈ ਸੀ? ਬਹੁਤ ਉੱਡੀ ਮਤਲਬ। ਹਾਂਜੀ। ਅਤੇ ਦੂਸਰੀ ਬਾਈ ਗੱਲ ਕਰਦੇ ਹਾਂ ਆਪਾਂ, ਦੂਜੀ ਇਹ ਕਿੱਥੇ ਛੱਡੀ ਹੈ ਜੀ ਬਾਜੀ ਆਪਾਂ? ਲਦਾਈਕੇ ਜੀ। ਲਦਾਈਕੇ? ਹਾਂਜੀ। ਉੱਥੇ ਕਿੰਨੇ ਕਬੂਤਰ ਉੱਡੇ ਸੀਗੇ ਜੀ? ਕਬੂਤਰੀ ਉੱਡੀ ਸੀ 53 ਖੇੜੇ। ਉਸ ਤੋਂ ਬਾਅਦ ਇਹਨਾਂ ਨੂੰ ਜਾਲ ਚ ਜਿਹੜੇ ਆਪਾਂ ਵਿਖਾ ਲਏ ਜੀ, ਜਾਲ ਚ ਛੱਡੀ ਉਹ ਤੀਜੀ ਕਬੂਤਰੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੀ, ਇਹ ਕਿੱਥੇ ਛੱਡੀ ਸੀ ਬਾਜੀ? ਢਿੱਲਮਾ ਜੀ। ਲਓ ਜੀ ਅੱਖਾਂ ਦੇਖੋ ਜੀ ਕਬੂਤਰੀ ਦੀਆਂ, ਬਹੁਤ ਛੋਟਾ ਜਿਹਾ ਬਰੀਕ ਜਿਹਾ ਦਾਣਾ ਅੱਖ ਦੇ ਵਿੱਚ, ਜਿਹੜਾ ਮੇਨ ਦਾਣਾ ਜੀ ਅੱਖ ਦੇ ਵਿੱਚ ਕਾਲਾ ਦਾਣਾ, ਟਿੱਕਾ ਜਿਹਾ ਲੱਗਿਆ ਹੋਇਆ ਛੋਟਾ ਜਿਹਾ, ਦਿਖਾਓ ਜੀ ਕਿਆ ਸ਼੍ਰੀਦੇਵੀ ਵਾਲੀ ਅੱਖ ਹੈ ਜੀ। ਵੇਖੋ ਇਹ ਕਿੰਨੇ ਕਬੂਤਰ ਸੀ ਬਾਈ ਜੀ ਉੱਥੇ? ਢਿੱਲਮੀ ਸੀਗੇ ਜੀ, 70 ਕਬੂਤਰ ਸੀ ਐਂਟਰੀ। 70 ਕਬੂਤਰ ਐਂਟਰ ਸੀ? ਐਂਟਰੀ ਵਾਲੀ ਬਾਜੀ ਸੀ? ਐਂਟਰੀ ਵਾਲੀ ਬਾਜੀ ਜੀ। ਉੱਥੇ ਇਹਦਾ ਕੀ ਰਿਜ਼ਲਟ ਰਿਹਾ? ਉੱਥੇ ਜੀ ਕਿਤੇ ਜਿਹੜਾ 5-5 ਲੱਗਿਆ ਹੋਇਆ ਸੀ ਜੀ, ਉਹਦੇ 'ਚ ਇਕੱਲੀ ਵੱਧ ਉੱਡੇ ਜੀ ਘੰਟਾ ਜੀ। ਇਕੱਲੀ? ਹਾਂ, ਅਤੇ ਇੱਕ ਆਪਣੀ ਦੂਜੀ ਸੀਗੀ, ਉਹ ਅਸੀਂ 3 ਵੰਡੀ ਸੀ, ਦੋ ਜਿੱਤੀਆਂ ਸੀ ਆਪਣਾ ਜੀ। ਲਓ ਜੀ ਬਹੁਤ ਖਾਸ ਕਬੂਤਰੀ ਹੈ ਬਾਈ ਜੀ ਦੀ, ਪੂਰਾ ਇਹਨੂੰ ਦਿਖਾਓ ਜੀ, ਕਿਉਂਕਿ ਉੱਪਰਲੇ ਵੀ ਜਿਹੜੀ ਬਾਜੀ ਹੈ ਇਕੱਲੀ ਉਹ ਜਿੱਤੀ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਕਬੂਤਰੀ ਹੋਰ ਬਾਈ ਜੀ ਹੱਥ 'ਚ ਫੜੀ ਬੈਠੇ ਹੈ, ਜਿਹੜੀ ਚੌਥੀ ਬਾਜੀ ਜਿੱਤੀ ਹੈ ਜੀ, ਇਹ ਕਿੱਥੇ ਜਿੱਤੀ ਹੈ ਜੀ? ਕਰਿਆੜ ਵਾਲੇ ਸੀ। ਇਹ ਕਰਿਆੜ ਵਾਲੇ? ਉੱਥੇ ਕਿੰਨੇ ਕਬੂਤਰ ਟੋਟਲ ਉੱਡੇ ਜੀ? ਉੱਥੇ ਸੀਗੇ 55 ਕਬੂਤਰ ਸੀ। 55? ਉੱਥੇ ਕਿੰਨਿਆਂ ਨੇ ਵੰਡੀ ਜਾਂ ਇਕੱਲੀ ਰਹੀ? ਉੱਥੇ ਜੀ ਆਪਣਾ ਅਤੇ ਬਾਈ ਕਾ ਮਤਲਬ ਜੀ ਜੀ, ਇਹ ਦੋਨੇ ਕਬੂਤਰ ਉੱਤਰੇ ਸੀ ਕਹਾਂ ਤੋਂ ਜੀ ਜੀ। ਇਹ ਆਪਣੀ ਇਹ ਮੂਹਰੇ ਬਹਿ ਗਏ, ਮਗਰੀ ਮੂਹਰੇ ਇਹ ਬਹਿ ਗਏ ਜੀ, ਮਗਰੀ ਬਾਈ ਕਾ ਬਹਿ ਗਿਆ ਜੀ। ਬਸ ਇੰਨਾ ਫਰਕ ਹੀ ਪਿਆ ਜੀ 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 ਜੀ। ਲਓ ਜੀ ਆਹ ਚੌਥੀ ਬਾਜੀ ਜਿਹੜੀ ਇਹਨਾਂ ਨੇ ਜਿੱਤੀ ਹੈ, ਉਹ ਕਰਿਆੜ ਵਾਲੇ ਜਿੱਤੀ ਹੈ ਬਾਈ ਜੀ ਨੇ। ਅਤੇ ਇਹ ਦੋਨੇ ਛੱਡ ਦਿਓ ਜੀ ਅੰਦਰ, ਅਗਲੀ ਆਪਾਂ ਗੱਲਬਾਤ ਕਰਦੇ ਹਾਂ ਵੀਰ ਨਾਲ। ਵੀਰ ਦੋ ਕਬੂਤਰੀਆਂ ਲੈ ਆਇਆ ਜੀ, ਇੱਕ ਤਾਂ ਦੇਖੋ ਜੀ ਪੈਰਾਂ ਤੋਂ ਹੈਗੀ ਹੈ ਕੋਚਰ ਮੌਜੀ, ਆਪਾਂ ਕਹਿ ਸਕਦੇ ਹਾਂ ਥੋੜ੍ਹੀ ਜਿਹੀ ਮੌਜ ਥੱਲੇ ਵੀ ਆਈ ਹੋਈ ਆ। ਅਤੇ ਸ਼ਾਹ ਆਖੀ ਜੀ, ਇਹ ਕਿਹੜੀ ਜਗ੍ਹਾ ਉੱਡੀ ਹੈ ਜੀ? ਪੱਖੀ ਵਿੱਚ ਜੀ, ਕੱਚੀ ਪੁੱਛੋ। ਉੱਥੇ ਕਿੰਨੇ ਕਬੂਤਰ ਸੀ ਟੋਟਲ? ਕਿੰਨੇ ਕਬੂਤਰ ਸੀ ਬਾਈ ਜੀ ਉੱਥੇ? ਬਲਜਿੰਦਰ ਜੀ ਇੱਕ ਮਿੰਟ ਜੀ, ਕਬੂਤਰ ਮਾੜਾ ਜੀ। ਉਦੋਂ ਕਿੰਨੇ ਕਬੂਤਰ ਸੀ ਟੋਟਲ? ਉਦੋਂ ਕਬੂਤਰ ਹੋ ਗਏ ਸੀਗੇ ਉੱਥੇ 50-55 ਕਬੂਤਰ। 50-55? ਉੱਥੇ ਕਿੰਨਿਆਂ ਨੇ ਵੰਡੀ ਬਾਬਾ ਜੀ? ਉੱਥੇ ਜੀ 3 ਨੇ ਵੰਡੀ ਸੀਗੀ। 3 ਜਣੇ? ਠੀਕ ਹੈ ਜੀ। ਲਓ ਜੀ ਆ ਪੰਜਵੀਂ ਬਾਜੀ ਜਿਹੜੀ ਇਹਨਾਂ ਨੇ ਜਿੱਤੀ ਸੀ, ਕੱਚੀ ਪੁੱਛੋ। ਉਸ ਤੋਂ ਬਾਅਦ ਲਓ ਜੀ ਆ ਫੜਿਓ, ਗੱਲ ਕਰਦੇ ਹਾਂ ਆਪਾਂ ਫਿਰ ਕਬੂਤਰੀ ਦੀ, ਇਹ ਕਿਹੜੀ ਜਗ੍ਹਾ ਉੱਡੀ ਹੈ ਜੀ? ਸੇਮੇ ਜੀ। ਸੇਮੇ? ਹਾਂ ਸੇਮੇ ਉੱਡੀ। ਲਓ ਜੀ ਆਹ ਉੱਡੀ ਆ ਸੇਮੇ ਇਹਨਾਂ ਦੀ। ਕਿੰਨੇ ਐਂਟਰੀ ਵਾਲੀ ਬਾਜੀ ਸੀ ਉੱਥੇ ਵੀ ਜੀ? ਐਂਟਰੀ ਵਾਲੀ ਸੀ ਜੀ। 70 ਕਬੂਤਰ ਸੀ ਉਹ ਜੀ? 70 ਕਬੂਤਰ ਉੱਡੇ ਸੀ, ਕਿੰਨਿਆਂ ਨੇ ਵੰਡੀ ਉੱਥੇ?
ਤਿੰਨਾਂ ਨੇ ਵੰਡੀ ਤਿੰਨਾਂ ਨੇ ਵੰਡੀ ਹੈ ਜੀ ਠੀਕ ਹੈ ਕਿਹਦੇ ਕਿਹਦੇ ਕਬੂਤਰ ਰਹਿ ਗਏ ਸੀ ਚੀਨਾ ਟਾਂਪੋਟ ਜੀ ਚੀਨਾ ਟਾਂਪੋਟ ਚੀਨਾ ਟਾਂਪੋਟ ਤੇ ਕਰੇਗਾ ਸੀ ਮਾਨਾ ਦਾ ਸ਼ਿਕਮਾਨਾ ਜੀ ਲਓ ਜੀ ਆ ਇਹਨਾਂ ਦੀ ਸ਼ਾਹ ਅੱਖੀ ਕਬੂਤਰੀ ਜਿੱਤੀ ਸੀ ਉੱਥੇ ਲਓ ਜੀ ਆ ਵਿੱਚ ਛੱਡ ਦਿਓ ਕਾ ਚੀਨੀ ਕਬੂਤਰੀ ਲਿਆਇਆ ਵੀਰ ਪਹਿਲਾਂ ਚੀਨੀ ਵਿਖਾਈਏ ਤਿੰਨ ਬਾਜੀਆਂ ਜਿੱਤੀਆਂ ਜੀ ਤਿੰਨ ਬਾਜੀਆਂ ਜਿੱਤੀ ਹੈ ਜੀ ਲਓ ਜੀ ਮਾੜਾ ਚਾਨਣਾ ਪਾਓ ਕਿੱਥੇ ਕਿੱਥੇ ਜਿੱਤੀ ਹੈ ਪਹਿਲੀ ਬਾਜੀ ਤਾਂ ਜੀ ਜਿੱਤੀ ਹੈ ਗਿੱਦੜੀ ਇਹ ਜੀ ਦੂਜੀ ਬਾਜੀ ਭੂੰਦੜ ਜੀ ਤੀਜੀ ਬਾਜੀ ਸੱਡੀ ਸਿੱਧਰ ਸੀ ਸ਼ੇਖਪੁਰਾ ਜੀ ਲਓ ਜੀ ਤਿੰਨ ਬਾਜੀਆਂ ਇਕੱਲੀ ਕਬੂਤਰੀ ਨੇ ਇਸੇ ਸੀਜ਼ਨ 'ਚ ਜਿੱਤੀ ਹੈ ਇਸੇ ਸੀਜ਼ਨ 'ਚ ਇਕੱਲੀ ਵੀ ਰਹੀ ਕਿਤੇ ਘਾ ਸਾਂਝੀਆਂ 'ਚ ਆਉਂਦੀ ਰਹੀ ਥੋੜਾ ਜਿਹਾ ਖੋਲ ਕੇ ਇਹ ਮੇਲਾ ਦਾ ਵਿੱਚ ਘੱਟ ਆ ਤੁਹਾਡੇ ਵਿਰਲਾ ਹੀ ਕੱਢਦਾ ਹੋਣਾ ਕੋਈ ਟਾਵਾਂ ਜਿਵੇਂ ਕਿਉਂਕਿ ਵਿੱਚ ਲਾਲ ਕੱਢ ਦਿੰਦੇ ਆ ਜੀ ਵਿੱਚ ਥੋੜ੍ਹਾ ਜਿਹਾ ਟਾਵਾਂ ਕਬੂਤਰੀ ਕੱਢਦੇ ਆ ਪੂੰਝਾ ਦੇਖੋ ਆ ਜਿਹੜਾ ਪੂਰਾ ਹੀ ਇਹਦਾ ਰੱਤਾ ਕੱਢਿਆ ਹੋਇਆ ਜੀ ਕਬੂਤਰੀ ਦਾ ਅਤੇ ਬਦਾਮ ਚੰਗੇ ਹੀ ਪਾਏ ਆ ਤੁਸੀਂ ਹੱਥ 'ਚ ਨਹੀਂ ਆ ਰਹੇ ਹਾਂ ਜੀ ਇਹ ਸਾਡੀ ਯਾਤਰੀ ਜਿੱਤੀ ਕਿਹੜੀ ਜਗ੍ਹਾ ਜੀ ਯਾਤਰੀ ਯਾਤਰੀ ਲਓ ਜੀ ਆ ਲਾਲ ਸਰੀ ਕਬੂਤਰੀ ਆ ਖੱਟੀਆਂ ਅੱਖਾਂ ਦੀ ਬੜੀ ਖੂਬਸੂਰਤ ਹੈ ਵੇਖਣ ਨੂੰ ਵੀ ਉੱਥੇ ਕਿੰਨੇ ਕਬੂਤਰ ਸੀ ਟੋਟਲ ਉੱਥੇ ਸੀਗੇ ਜੀ 60 ਕਬੂਤਰ ਸੀ 60 ਹਾਂਜੀ ਉੱਥੇ ਵੀ ਹਿੱਸੇ 'ਚ ਆਈ ਜੀ ਹਾਂਜੀ ਉੱਥੇ ਲਓ ਜੀ ਯਾਤਰੀ ਵਾਲੀ ਕਬੂਤਰੀ ਬਾਈ ਉਸ ਤੋਂ ਅੱਗੇ ਆ ਗਈ ਜੀ ਵੀਰ ਕਬੂਤਰੀ ਲੈ ਕੇ ਆਇਆ ਚਿੱਟੀਆਂ ਅੱਖਾਂ ਦੀ ਥੋੜ੍ਹੀ ਜਿਹੀ ਨੋਕ ਅੱਗੋਂ ਕਾਲੀ ਹੈ ਲਓ ਜੀ ਚਿੱਟੀਆਂ ਅੱਖਾਂ ਦੀ ਕਬੂਤਰੀ ਹੈ ਇਹ ਕਿਹੜੀ ਜਗ੍ਹਾ ਜਿੱਤੀ ਹੈ ਜੀ ਇਹ ਪੱਕੀ ਪੁੱਛੋ ਜਿੱਤੀ ਸੀ ਉਦੋਂ ਜੀ ਪੱਕੀ ਪੁੱਛੋ ਜੀ ਉੱਥੇ ਕਿੰਨੇ ਕਬੂਤਰ ਉੱਡੇ ਟੋਟਲ ਉੱਥੇ ਜੀ ਸੀਗੇ ਜੀ ਮਾਣਾ 62-63 ਕਬੂਤਰ ਸੀਗੇ ਜੀ 62-63 ਹਾਂਜੀ ਉੱਥੇ ਵੀ ਹਿੱਸੇ 'ਚ ਆਈ ਹਾਂਜੀ ਜੀ ਲਓ ਜੀ ਇੱਕ ਵਾਰੀ ਕੈਮਰਾਮੈਨ ਜੀ ਟੋਟਲ ਕਬੂਤਰ ਆ ਜਿਹੜੇ ਇਹਨਾਂ ਦੀ ਕਲੋਜ਼ ਕਰਕੇ ਮੂਵੀ ਬਣਾਓ ਇਹ 3-5 ਅਤੇ 4-9 ਜਿੱਥੇ ਤਾਂ ਹੋਰ ਬਥੇਰੇ ਹੁਣ ਯਾਦ ਨਹੀਂ ਆਉਂਦਾ ਹਾਂਜੀ 9 ਕਬੂਤਰਾਂ ਨੂੰ ਲਿਆ ਕੇ ਦਿਖਾਓ ਕਲੋਜ਼ ਕਬੂਤਰੀਆਂ ਐਤਕੀ 2018 ਦੇ ਵਿੱਚ ਬਾਈ ਜੀ ਦੀਆਂ ਜੇਤੂ ਕਬੂਤਰੀਆਂ ਜਿਹੜੀਆਂ ਆਪਾਂ ਇਕੱਲੀ ਇਕੱਲੀ ਗੱਲਬਾਤ ਦੇ ਰਾਹੀਂ ਵਿਖਾ ਚੁੱਕੇ ਹਾਂ ਥੋੜ੍ਹੀਆਂ ਇਹ ਤੁਹਾਨੂੰ ਇਹ ਕਲੋਜ਼ ਕਰਕੇ ਦਿਖਾ ਰਹੇ ਹਾਂ ਜੀ ਕਬੂਤਰ ਬਦਾਮ ਬਹੁਤ ਪਾਉਂਦੇ ਆ ਵੀਰ ਜੀ ਵੇਖੋ ਤੁਸੀਂ ਕਬੂਤਰ ਰਾਜੀ ਬਹੁਤ ਆ ਤੁਹਾਡੇ ਨਹੀਂ ਆਮ ਕਬੂਤਰ ਸਿਲਤਾ ਪਤਾ ਨਹੀਂ ਤਾਂ ਵੀ ਜਿਹੜੀ ਰਾਜਨ ਦੀ ਨਸਲ ਆਪਾਂ ਪਹਿਲੀ ਵਾਰੀ ਕਲੋਜ਼ ਦੇਖੀ ਆ ਜੀ ਸਿਹਤ ਪੱਖੋਂ ਕਬੂਤਰ ਬਹੁਤ ਵਧੀਆ ਜਿੰਨੇ ਵੀ ਕਹਿ ਲਈਏ ਜਾਂ ਤੁਹਾਡੀ ਸੇਵਾ ਹੀ ਇੰਨੀ ਹੈ ਸੇਵਾ ਵਾਲੀ ਆ ਜੀ ਖਰਾਕ ਖੂਕ ਤੇ ਬੰਦ ਨਹੀਂ ਕੀਤੀ ਠੀਕ ਹੈ ਜੀ ਜਿਹੜੀ ਇਹਨਾਂ ਨੂੰ ਪੂਰੀ ਉਹ ਵੀ ਠੀਕ ਹੈ ਜੀ ਲਓ ਜੀ ਬਾਈ ਜੀ ਦੱਸ ਰਹੇ ਕਿ ਸੇਵਾ ਸਾਡੀ ਕੁਛ ਜ਼ਿਆਦਾ ਹੈ ਆਪਾਂ ਇੱਕ ਲਾਲ ਗਲਾ ਕਬੂਤਰ ਲੈ ਕੇ ਆਏ ਆ ਜੀ ਪਹਿਲਾਂ ਲਾਲ ਸਰਾ ਇਹਦੀ ਹਿਸਟਰੀ ਦੱਸੋ ਜੀ ਇਹ ਕਿੱਥੇ ਬਾਜੀ ਜਿੱਤਿਆ ਇਹ ਬੁਰਜੀ ਜਿੱਤਿਆ ਜੀ ਬੁਰਜਾ ਹਾਂਜੀ ਜੀ ਕਿੰਨੇ ਕਬੂਤਰ ਸੀ ਉੱਥੇ ਜੀ ਉੱਥੇ ਸੀਗੇ 42 42 ਇਕੱਲਾ ਹੀ ਰਹਿ ਗਏ 42 'ਚ ਇਹ ਵੀ ਇਕੱਲਾ ਰਹਿ ਗਿਆ ਸੀ ਜੀ ਐਂਟਰੀ ਵਾਲੀ ਬਾਜੀ ਸੀ ਨਹੀਂ ਹੈ ਬਾਜੀ ਤਾਂ ਖੁੱਲ੍ਹੀ ਸੀ ਉਹਦੀ ਬਾਜੀ ਖੁੱਲ੍ਹੀ ਸੀ ਹਾਂਜੀ ਲਓ ਜੀ ਆਹ ਕਬੂਤਰ ਹੈ ਇਹਨਾਂ ਦਾ ਬੁਰਜਾਂ ਵਾਲਾ ਜੀ ਕਬੂਤਰ ਹੈ ਜੀ ਔਲਖਾਂ ਵਾਲਾ ਹਾਂਜੀ ਲਓ ਜੀ ਆਹ ਔਲਖਾਂ ਵਾਲਾ ਕਬੂਤਰ ਕਿਹੜੀਆਂ ਔਲਖਾਂ ਜੀ ਇਹ ਇੱਧਰ ਹੀ ਹੈ ਜੀ ਫਰੀਦਕੋਟ ਵਾਲੀ ਫਰੀਦਕੋਟ ਵਾਲਾ ਜੀ ਇਹ ਆਪਣੇ ਇਕੱਲਾ ਰਹਿ ਗਿਆ ਸੀ ਜਾਂ ਹਿੱਸੇ 'ਚ ਆਇਆ ਸੀ ਇਹ ਬਾਈ ਤਾਂ ਵੱਢ ਲਈਏ ਜੀ ਉੱਡਿਆ ਇਕੱਲਾ ਹੀ ਹੈ ਕਾਂਤੇ ਨਾਲ ਵੱਢ ਲਈ ਬਾਈ ਉੱਡਿਆ ਇਕੱਲਾ ਹੀ ਹਾਂ ਉਹ ਵੀ ਦਿਮਾਗ ਐਨ ਗਾਟ ਪਵਾ ਕੇ ਵੱਢੀ ਜੀ 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 ਲਓ ਜੀ ਇਹ ਵਾਲੀ ਬਾਜੀ 'ਚ ਉੱਡਿਆ ਜੀ ਔਲਖੀ ਇਹ ਵੀ ਲਾਲ ਸਰਾ ਜੀ
ਅਗਲੀ ਆਪਾਂ ਗੱਲ ਕਰਦੇ ਹਾਂ ਜੀ, ਖੱਟੀਆਂ ਅੱਖਾਂ ਦਾ ਕਬੂਤਰ ਹੈ ਜੀ, ਕਿਹੜਾ ਜੀ ਇਹ? ਇਹ ਬੇਗੇ ਉੱਡਿਆ ਸੀ। ਬੇਗੇ ਜੀ? ਹਾਂਜੀ। ਲਓ ਜੀ, ਇਹਨਾਂ ਦੇ ਜੋ ਉਸਤਾਦ ਹੈ ਬੇਗਾ ਲਹਿਰਾ ਬਾਈ ਜੀ, ਡੀ ਸੀ ਦੇ ਪਿੰਡ ਹੀ ਛੱਡਿਆ ਸੀ, ਅਤੇ ਉੱਥੋਂ ਦਾ ਕੀ ਥੋੜ੍ਹਾ ਜਿਹਾ ਮਾਹੌਲ ਦੱਸੋ ਜੀ, ਆਹ ਕਬੂਤਰ ਕੋਈ ਖਾਸ ਆ ਜਿਹੜਾ ਬੇਗੇ ਛੱਡਿਆ ਸੀ? ਇਹ ਜੀ ਬਾਈ ਦਾ ਹੋ ਗਈ 4 ਇੰਚ ਜੀ, ਅਤੇ ਮਗਰੋਂ ਵੱਧ ਉੱਡਿਆ ਸੀ, 7 ਵਜੇ ਤੋਂ ਉੱਡਿਆ ਸੀ, ਕਮਰੀ ਦਾ ਕੱਪ ਨਾ ਜੀ। ਜੀ ਹਾਂ, ਇਹ 7 ਹੀ ਵਜਾ ਕੇ ਤੁਸੀਂ ਉੱਥੇ। ਫਿਰ ਡੀ ਸੀ ਬਾਈ ਦਾ ਕੀ ਹਾਵ ਭਾਵ ਸੀਗਾ ਜਦੋਂ ਉਹਨਾਂ ਦੇ ਚੇਲਿਆਂ ਦਾ ਕਬੂਤਰ ਉਹਨਾਂ ਦੇ ਪਿੰਡ ਉੱਡਦਾ ਸੀ? ਹਾਂਜੀ। ਕੀ ਹਾਵ ਭਾਵ ਸੀ? ਨਹੀਂ, ਬਾਈ ਤਾਂ ਜੀ ਪੂਰਾ ਖੁਸ਼ ਸੀਗਾ, ਕਹਿੰਦਾ ਜੀ ਪੂਰਾ ਖੁਸ਼ ਲੈਂਦੇ। ਹਾਂਜੀ, ਕਹਿੰਦਾ 7 ਮੁੜ ਕੇ ਅਮਰੀਕਾ ਕੇ ਵਾਲਾ ਕਰ ਲਾ ਗਏ। ਠੀਕ ਹੈ, ਵੰਡ ਲਈ ਬਾਜੀ, ਵੰਡ ਲਈ ਸੁਣ 4 ਇੰਚ ਜੀ। ਜੀ, ਮਗਰੋਂ ਅਮਰੀਕਾ ਤੇ ਆਪਣਾ ਉੱਡੀ। ਜੀ 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 ਜੀ। ਲਓ ਜੀ, ਥੋੜ੍ਹਾ ਜਿਹਾ ਵਿਖਾਓ ਕਬੂਤਰ, ਜੋ ਕਿ ਕਿਉਂਕਿ ਬਾਜੀ ਇਹਨਾਂ ਦੀ ਬਹੁਤ ਖਾਸ ਰਹੀ ਆ, ਉੱਥੇ ਪਿੰਡ ਬਾਜੀ ਛੱਡੀ ਹੋਵੇ ਅਤੇ ਕਬੂਤਰ ਰਹਿ ਜੇ, ਉਦੋਂ ਗੁਰੂ ਦਾ ਹੌਸਲਾ ਅਤੇ ਚੇਲੇ ਦਾ ਕੁਛ ਵੱਖਰਾ ਹੀ ਨਜ਼ਾਰਾ ਹੋਊਗਾ ਜਿਹੜੇ ਬੰਦੇ ਉੱਥੇ ਉਸ ਦਿਨ ਬਾਜੀ 'ਚ ਹੋਣਗੇ। ਉਦੋਂ ਥੋੜ੍ਹਾ ਜਿਹਾ ਰੋਹਬ ਹੋਰ ਵੱਧ ਗਿਆ ਹੋਣਾ ਜੀ। ਹਾਂਜੀ ਹਾਂਜੀ, ਸਾਨੂੰ ਵੀ ਆਇਆ ਸੀ ਜੀ, ਪੂਰਾ ਚੰਗੀ ਛੱਡ ਕੇ, ਚੰਗਾ ਛੱਡੀਏ ਵੀ ਬਾਜੀ ਦਾ ਪਿੰਡ। ਜੀ ਜੀ ਜੀ, ਬਹੁਤ ਵਧੀਆ ਜੀ, ਜੋ ਕਿ ਬੜਾ ਮਾਣ ਵਧਿਆ ਹੋਊਗਾ ਉਸ ਸਮੇਂ ਬਾਈ ਡੀ ਸੀ ਦਾ ਵੀ, ਕਿ ਆਪਣੇ ਚੇਲਿਆਂ ਦਾ ਜੋ ਉਹਨਾਂ ਨੂੰ ਗੁਰੂ ਦਕਸ਼ਣਾ ਦਿੱਤੀ ਸੀ, ਅੱਜ ਉਹਨਾਂ ਨੇ ਪੂਰੇ ਉਹਨਾਂ ਦਾ ਨਾਂ ਰੌਸ਼ਨ ਕਰਤਾ ਜੀ। ਹਰਾਈ ਕਿਹੜਾ ਜੀ? 5 ਗਰਾਈ ਜੀ, ਬਹੁਤ ਵਧੀਆ ਮਸ਼ਹੂਰ ਬਾਜੀ ਹੁੰਦੀ ਹੈ ਜੀ 5 ਗਰਾਈ ਦੀ। ਉੱਥੇ ਇਕੱਲਾ ਹੀ ਰਹਿ ਗਿਆ ਸੀਗਾ ਜੀ? ਹਾਂ, ਉੱਥੇ ਬਾਜੀ ਤਾਂ ਹੋ ਗਈ ਸੀਗੀ ਜੀ ਦੋਵਾਂ 'ਚ ਜੀ। ਜੀ, ਮਗਰੋਂ ਇਕੱਲਾ ਉੱਡਿਆ ਜੀ, ਇਹ ਵੀ ਇਕੱਲਾ। ਸਾਢੇ 7 ਵਜੇ ਜੀ, ਸਾਢੇ 7 ਵਜੇ ਹਾਂਜੀ। ਲਓ ਜੀ, ਆਹ ਵੀ ਵਿਖਾਓ ਜੀ, 7:30 ਵਜੇ ਤੀਕਰ ਇਕੱਲਾ ਕਬੂਤਰ ਗਿਆ ਜੀ 5 ਗਰਾਈ, 1 ਘੰਟੇ ਜਿਹੜਾ ਕਬੂਤਰ ਵੱਧ ਉੱਡਿਆ ਜੀ। ਕਿਆ ਬਾਤ ਹੈ ਜੀ, ਬਹੁਤ ਮਿੱਠੀ ਹੁੰਦੀ ਹੈ 2.5 ਘੰਟਿਆਂ ਦੀ। ਆਮ ਜਿਹੜਾ ਹੈਗਾ ਵੇਖਿਆ ਕੋਈ 10 ਮਿੰਟ 15 ਮਿੰਟ ਤਾਂ ਆਪਾਂ ਵੇਖਦੇ ਰਹਿੰਦੇ ਹਾਂ, ਪਰ 2.5 ਘੰਟਿਆਂ ਦੀ ਜਿਹੜੀ ਮਿੱਥੀ ਹੈ ਬਹੁਤ ਲੰਬੀ ਹੁੰਦੀ ਹੈ ਜੀ। ਅਗਲਾ ਕਬੂਤਰ ਲਿਆ ਜੀ, ਕਾਫੀ ਲੰਬਾ ਕਬੂਤਰ ਹੈ ਜੀ ਇਹ, ਦੇਖੋ ਕਿਹੜੀ ਜਗ੍ਹਾ ਜੀ ਇਹ? ਇਹ ਸੈਦੋ ਜਿੱਤਿਆ ਸੀਗਾ ਇੱਕ ਤਾਂ ਜੀ, ਸੈਦੋ। ਹਾਂਜੀ ਜੀ, ਦੂਜੀ ਵਾਰੀ ਜੀ ਮਾਈਸਰ ਖਾਨੇ ਜਿੱਤਿਆ ਸੀ, ਐਂਟਰੀ ਵਾਲੀ ਮਾਈਸਰ ਖਾਨੇ। ਹਾਂਜੀ, ਇਹ ਨਸਲ ਕੁਛ ਵੱਖਰੀ ਲੱਗੀ ਮੈਨੂੰ ਰਾਜਨ ਵਾਲਿਆਂ ਤੋਂ ਹੀ। ਨਹੀਂ, ਇਹ ਥੋੜ੍ਹਾ ਜਿਹਾ ਹੈਗਾ ਜੀ, ਇਹ ਪੂਰੀ ਗੱਲ ਨਹੀਂ ਮੱਛਾ ਜੀ, ਕਿਉਂਕਿ ਇਹ ਕਬੂਤਰ ਵੱਖਰਾ ਹੈ, ਇਹਦੀਆਂ ਅੱਖਾਂ ਜੋ ਫਿੱਕੀਆਂ ਖੱਟੀਆਂ, ਅਤੇ ਨੋਕ ਅਤੇ ਜਿਹੜਾ ਸ਼ਾਇਦ ਜਿਵੇਂ ਮੀਰ ਆ ਉਹਦੀ ਮਿਸ ਹੁੰਦੀ ਹੈ, ਕਿਉਂਕਿ ਉਹਨਾਂ ਦੇ ਕਬੂਤਰਾਂ ਦੀ ਇੱਕ ਨਿਸ਼ਾਨੀ ਹੈ ਜਿਹੜਾ ਚੁੰਝ ਦਾ ਰੰਗ ਹੁੰਦਾ, ਉਹੀ ਅੱਖਾਂ ਦੇ ਜਿਹੜਾ ਆਹ ਤੁਹਾਨੂੰ ਸਾਈਡ 'ਤੇ ਮਾਸ ਦਿਸ ਰਿਹਾ ਉਸੇ ਕਲਰ ਦਾ ਹੋਊਗਾ ਚੁੰਝ ਨਾਲ ਦਾ। ਠੀਕ ਹੈ, ਮਾਈਸਰ ਖਾਨੇ ਜਿੱਤਿਆ ਜੀ, ਮਾਈਸਰ ਖਾਨੇ ਕੇ ਸ਼ਾਇਦ ਦੋ ਜਿੱਤੇ। ਬਹੁਤ ਲੰਮਾ ਕਬੂਤਰ ਹੈ ਜੀ, ਵਿਖਾਓ ਕਲੋਜ਼ ਕਰਕੇ ਥੋੜ੍ਹਾ ਜਿਹਾ। ਇਹ ਵੀ ਉਹ ਤਾਂ ਮੋਰ ਆ ਗਏ ਸਾਰਿਆਂ ਦੀ ਸੀ ਉੱਥੇ ਜੀ, ਮਾਈਸਰ ਖਾਨੇ ਜੀ, ਮੋਰ ਦੇ 5 ਸੀ ਜੀ। ਠੀਕ ਹੈ, ਸ਼ਾਇਦ ਵੀ ਮੋਰ ਹੀ ਹਰਾਇਆ ਸੀ ਜੀ ਉੱਥੇ। ਠੀਕ ਹੈ ਜੀ, ਠੀਕ ਹੈ ਜੀ। ਲਓ ਜੀ, ਆ ਮਸ਼ੀਨ ਵਾਲਾ ਕਬੂਤਰ ਦੱਸ ਕੇ ਗਏ ਹੈ, ਸ਼ਾਰਕ। ਦੱਸੋ ਜੀ, 3 ਵਾਰੀਆਂ ਜਿੱਤੇ ਜੀ ਇਹ, ਪਹਿਲੀ ਵਾਰੀ ਜਿੱਤੇ ਜੀ ਦਵਾਨੇ ਜੀ, ਦੂਜੀ ਹਿੰਮਤਪੁਰੇ ਜੀ ਜੀ, ਤੀਜੀ ਠੀਕਰੀ ਵਾਲੀ ਐਤਕੀ 2018 ਦੇ ਪਹਿਲਾਂ ਦਾ ਵੱਡਾ ਕਬੂਤਰ, ਪਹਿਲਾਂ ਦਾ ਵੱਡਾ ਕਬੂਤਰ ਹੈ ਜੀ। ਲਓ ਜੀ, ਆਹ ਵੱਡਾ ਕਬੂਤਰ ਹੈ, 3 ਵਾਰੀਆਂ ਜਿੱਤੀਆਂ ਇਸ ਕਬੂਤਰ ਨੇ। ਦੁਬਾਰਾ ਇੱਕ ਵਾਰੀ ਨਾਂ ਫਿਰ ਬੋਲ ਦਿਓ ਪਿੰਡਾਂ ਦਾ। ਪਹਿਲੀ ਵਾਰੀ ਤਾਂ ਜੀ ਹਿੰਮਤਪੁਰੇ ਜੀ, ਦੂਜੀ ਦਵਾਨੇ, ਤੀਜੀ ਠੀਕਰੀ ਵਾਲੀ ਜੀ ਜੀ। ਇਕੱਲਾ ਹੀ ਰਹਿਣਾ, ਇਕੱਲਾ ਇਕੱਲਾ 9 ਸਾਲਾਂ ਦੀ ਉਮਰ ਹੁਣ, ਇਹ ਬੱਚਿਆਂ 'ਤੇ ਪਾਇਆ ਹੋਇਆ? ਹਾਂ, ਬੱਚਿਆਂ 'ਤੇ। ਲਓ ਜੀ, ਮੇਨ ਕਬੂਤਰ ਹੈ ਇਹਨਾਂ ਦਾ, 3 ਵਾਰੀਆਂ ਜਿੱਤੀਆਂ ਜੀ ਨੇ। ਅੱਜ ਇਹਨਾਂ ਦੇ ਬੱਚੇ ਵੀ ਉਵੇਂ ਜਿੱਤ ਰਹੇ ਆ ਜੀ, ਉਵੇਂ ਹੀ ਇਹਨਾਂ ਦੇ ਜਿਹੜਾ ਬੱਚੇ ਆ ਜੀ ਅੱਗੇ ਉੱਡ ਰਹੇ ਨੇ ਜੀ। ਮਸ਼ੀਨ ਜਿੱਤਿਆ ਸੀਗਾ ਜੀ, ਇਕੱਲਾ ਰਹਿ ਗਿਆ ਸੀਗਾ ਜੀ, ਅਤੇ ਉਦੋਂ ਸਾਨੂੰ ਬੰਸੇ ਨਾਲ ਬਾਜੀ ਮੰਡਾ ਦਿੱਤੀ ਸੀ ਜੰਟੇ ਨੇ ਜੀ, ਨਖਾਈ ਵਾਲੇ ਨੇ ਜੀ, ਅਤੇ ਬੰਸਾ ਮੁੱਕਰ ਗਿਆ, ਕਹਿੰਦਾ ਆਪਾਂ ਬਾਜੀ ਨਹੀਂ ਵੰਡਣੀ ਜੀ, ਉਹਦਾ ਫਿਰ ਚੱਲਣ ਦੇ ਜੀ ਜੀ। ਮਗਰੋਂ ਜੀ 1.5 ਘੰਟਾ ਇਕੱਲਾ ਵੱਧ ਉੱਡਿਆ ਜੀ ਬਾਜੀ ਜੀ। ਦੂਜੀ ਬਾਜੀ ਜਿੱਤਿਆ ਜੀ ਇਹ ਹਿੰਮਤਪੁਰੇ ਜੀ ਜੀ, ਉੱਥੇ ਵੀ 1 ਘੰਟਾ ਵੱਧ ਉੱਡਿਆ ਇਕੱਲਾ ਜੀ ਜੀ, ਅਤੇ ਤੀਜੀ ਬਾਜੀ ਠੀਕਰੀ ਵਾਲੇ ਜਿੱਤੇ ਜੀ। ਲਓ ਜੀ, 3 ਵਾਰੀਆਂ ਦਾ ਵਿਨਰ ਕਬੂਤਰ ਹੈ ਜੀ ਇਹਨਾਂ ਦਾ। ਅੱਜ ਕੱਲ੍ਹ ਇਹਨਾਂ ਨੇ ਬੱਚਿਆਂ 'ਤੇ ਪਾਇਆ, ਬੱਚੇ ਵੀ ਇਵੇਂ ਇਹਨਾਂ ਦੇ ਜਿਹੜੇ ਉੱਡ ਰਹੇ ਆ ਕਬੂਤਰ ਦੀ ਤਰ੍ਹਾਂ ਹੀ, ਅਤੇ ਕਬੂਤਰੀ ਵੀ ਰਾਜਨ ਵਾਲਿਆਂ 'ਚ ਹੀ ਲਾਈ ਹੈ ਇਹਦੇ ਨਾਲ ਜੀ ਅੱਗੇ? ਨਾ, ਕਬੂਤਰੀ ਜੀ ਇਹਨਾਂ 'ਚ ਹੀ ਹੈ ਜੀ, ਇਹਨਾਂ 'ਚ ਹੀ ਲਾਈ। ਹਾਂ ਹਾਂ, ਠੀਕ ਹੈ ਜੀ, ਦਿਖਾਓ ਜੀ ਜੀ, ਖੱਟੀਆਂ ਅੱਖਾਂ ਡਿੱਖੀ ਡਿੱਖੀ, ਐਤਕੀ ਜਿੱਤਿਆ ਸੀ ਡਿੱਖੀ ਜੀ,
ਨਾ ਜੀ 3 ਸਾਲ ਹੋ ਗਏ। 3 ਸਾਲ ਪਹਿਲਾਂ ਡਿੱਖੀ ਜਿੱਤਿਆ ਸੀ ਜੀ ਕਬੂਤਰ ਬਾਈ ਦਾ, ਪੱਲਾ ਹੀ ਰਹਿ ਗਿਆ ਸੀ ਉੱਥੇ ਵੀ ਜੀ। ਨਾ ਉੱਥੇ ਵੰਡ ਲਈ ਸੀ, ਵੰਡ ਲਈ ਸੀ। ਲਓ ਜੀ ਉੱਥੇ ਵੰਡ 'ਚ ਆਇਆ ਸੀ ਡਿੱਖੀ। ਅਤੇ ਹੁਣ ਗੱਲ ਕਰਦੇ ਜੀ ਅੱਗੇ। ਲਓ ਜੀ ਇੱਕ ਬਲਡਾ ਵੀ ਹੈ ਅਤੇ ਟੀਰਾ ਵੀ ਹੈ, ਬਲਡਾ ਚਿੱਟੀ ਅਤੇ ਇੱਧਰੋਂ ਥੋੜ੍ਹੀ ਜੀ ਦੂਜਾ ਪਾਸਾ ਵੀ ਤੁਹਾਨੂੰ ਮੈਂ ਕਬੂਤਰ ਦਾ ਦਿਖਾਉਣਾ ਜੀ ਕਰਕੇ, ਟੀਰ ਵੀ ਅੱਖ ਦੇ ਵਿੱਚ। ਇਹ ਕਿੱਥੇ ਜਿੱਤਿਆ ਜੀ? ਇਹ ਗਿੱਦੜੀ ਜਿੱਤਿਆ ਸੀਗਾ ਜੀ। ਇਹ ਜਿੱਤਿਆ ਜੀ ਗਿੱਦੜੀ, ਕਿਹੜੇ ਸਾਲ 'ਚ? ਇਹਨੂੰ ਹੋ ਗਏ ਜੀ 4 ਸਾਲ ਹੋ ਗਏ ਜੀ। ਇਹਨੂੰ 4 ਸਾਲ ਹੋ ਗਏ। ਲਓ ਜੀ ਇਹ ਗਿੱਦੜੀ ਜਿੱਤਿਆ ਸੀ ਬਾਈ ਜੀ ਦਾ ਕਬੂਤਰ। ਲਓ ਜੀ ਇੱਕ ਵਾਰੀ ਤੁਹਾਨੂੰ ਮੈਂ ਅੱਖਾਂ ਇਹਦੀਆਂ ਦਿਖਾਉਣਾ ਜੀ। ਇੱਧਰਲੀ ਅੱਖ ਦੇਖੋ ਚਿੱਟੀ ਹੈ, ਇੱਧਰਲੀ ਅੱਖ ਥੋੜ੍ਹੀ ਤੁਸੀਂ ਦੇਖੋਗੇ ਤਾਂ ਵਿੱਚ ਟੀਰ ਹੈ ਜੀ ਕਾਲੇ ਰੰਗ ਦਾ, ਚੰਦ ਜਿਹਾ ਬਣਿਆ ਹੋਇਆ ਵਿੱਚ, ਚੁੰਝ ਆ ਜਿਹੜੀ ਪਿੰਕ ਕਲਰ ਦੀ ਹੈ ਇਹਦੀ, ਅੱਗੋਂ ਤਿੱਖੀ ਆ ਥੋੜ੍ਹੀ ਜੀ। ਬਹੁਤ ਹੀ ਖੂਬਸੂਰਤ ਕਬੂਤਰ ਹੈ ਜੀ। ਇੱਧਰੋਂ ਤੁਹਾਨੂੰ ਹੋਰ ਲੱਗੂਗਾ, ਇੱਧਰੋਂ ਕਬੂਤਰ ਹੋਰ ਲੱਗੂ। ਸੋ ਲਓ ਜੀ ਖੱਟੀਆਂ ਅੱਖਾਂ ਕਾਲੀ ਨੋਕ, ਪਿੱਛੇ ਜੇ ਇੱਕ ਮੂਵੀ ਆਈ ਸੀ ਰਾਜ ਨਾਲੇ ਕਬੂਤਰ ਵਿਖਾਏ ਸੀ, ਇਹ ਜਮਾਂ ਪਿਓਰ ਬਲੱਡ ਲੈਣ ਲੱਗ ਗਈ ਪਿਓਰ ਹੈ ਨਾ ਜੀ। ਹਾਂ ਆਹ ਦੇਖੋ ਜੀ ਬਿਲਕੁਲ ਪਿਓਰ ਨਸਲ ਹੈ ਜਿਹੜੀ ਰਾਜ ਨਾਲੇ। ਇਹ ਕਿੱਥੇ ਜਿੱਤਿਆ ਜੀ? ਇਹ ਜਿਹੜੀ ਆਪਣਾ ਜਿਹੜਾ ਕਿਲਾ ਰਾਏਪੁਰ ਗਮਾਚ ਕੇ ਦੋਨੇ ਕਬੂਤਰ ਹੱਥ ਨਹੀਂ ਲੱਗੇ ਜੀ, ਉਹਨਾਂ ਦਾ ਭਾਈ ਹੈ ਜੀ। ਜੀ ਲਓ ਜੀ ਐਤਕੀ ਕਿਲਾ ਰਾਏਪੁਰ ਜੋ ਬਾਈ ਜੀ ਨੇ ਕਬੂਤਰ ਛੱਡੇ ਸੀ ਉਹਨਾਂ ਦਾ ਭਾਈ ਹੈ। ਜਿੱਤੇ ਸੀ ਆਪਾਂ ਕਿਲਾ ਰਾਏਪੁਰ ਇਹ ਮੰਡੀ ਕਲਾ ਦੋ ਕਬੂਤਰ, ਇਹ ਕਬੂਤਰ ਮੰਡੀ ਕਲਾ ਜਿੱਤਿਆ ਹੋਇਆ ਜੀ, ਬਾਲੀ ਮੰਡੀ ਕਲਾ ਦੇ ਪਿੰਡ ਐਤਕੀ। ਅਤੇ ਬਾਕੀ ਇਹ ਕਿਲਾ ਰਾਏਪੁਰ ਜਿਹੜੇ ਇਹਦੇ ਭਰਾ ਛੱਡੇ ਸੀ ਐਤਕੀ ਦੇ ਪੱਠੇ ਸੀ, ਐਤਕੀ ਦੇ ਪੱਠੇ ਦੋਨੇ ਜਿੱਤੇ ਆਪਣੇ ਜਿੱਤੇ ਜੀ। ਦੋ ਤਾਂ ਆਪਣੇ ਰਹਿ ਗਏ ਸੀ ਜੀ, ਇੱਕ ਗੁਲਜ਼ਾਰ ਦਾ, ਇੱਕ ਭੁੱਟੋ ਦਾ, ਇੱਕ ਜੀਤ ਦਵਾਈ ਦਾ ਜੀ, ਜਿਹੜੇ 18,000 'ਚ ਸੀ ਜੀ, ਸਾਡੇ ਪੰਜਾਂ ਦੀ ਹੋਈ ਜੀ ਜੀ ਜੀ। ਅਤੇ ਕਬੂਤਰ ਉੱਥੇ ਆਏ ਨਹੀਂ ਸੀ, ਉੱਥੇ ਆਏ ਨਹੀਂ, ਲੈ ਗਿਆ ਲੈ ਗਿਆ ਤੂੰ ਚੱਲ ਕੇ। ਚਨਾਥਲ ਇਹ ਕਿਹੜੇ ਏਰੀਆ ਚ ਰਹਿ ਗਿਆ ਜੀ? ਨਾਲ ਹੀ ਆਪਣੇ ਇੱਕ ਇਹ ਵੀ ਟੀਰਾ ਤੇ ਬਲਡਾ ਜੀ, ਇੱਕ ਅੱਖ ਦੀ ਇਧਰੋਂ ਬੜੀ ਫਿੱਕੀ ਜੀ ਦਿਸ ਰਹੀ ਆ, ਚਿੱਟੀ 'ਚ ਕਾਲਾ ਜਿਹਾ ਟਿਮਕਣਾ ਹੈ, ਅਤੇ ਇੱਧਰ ਵੀ ਇਹਦੇ ਕਾਲਾ ਜਿਹਾ ਟਿਮਕਣਾ ਹੈ। ਇਹ ਵੀ ਇਕੱਲਾ ਰਹਿ ਗਿਆ ਸੀਗਾ ਜੀ। ਹਾਂਜੀ ਬਹੁਤ ਖੂਬਸੂਰਤ ਹੈ ਜੀ ਕਬੂਤਰ ਇਹ ਵੀ। ਲਓ ਜੀ ਦਿਖਾਓ ਇਹ। ਇੱਕ ਚੀਜ਼ ਹੋਰ ਬਾਈ ਜੀ ਦੇਖੀ ਗਈ ਆ ਤੁਹਾਡੇ ਕਬੂਤਰਾਂ ਦੇ ਵਿੱਚ, ਹਾਂਜੀ ਜਿਹੜੀ ਆਹ ਚੁੰਝ ਹੈ, ਆਹ ਚੁੰਝ ਅੱਗੋਂ ਵਧੀ ਹੋਈ ਹੈ, ਆਹ ਦੇਖੋ। ਹਾਂਜੀ ਹਾਂਜੀ ਇਹ ਸਾਰੇ ਕਬੂਤਰਾਂ ਦੇ, ਜਿਵੇਂ ਤੋਤੇ ਦੀ ਚੁੰਝ ਹੁੰਦੀ ਹੈ ਨਾ ਵਧੀ ਵੀ, ਜਿਹੜੀ ਚੁੰਝ ਹੈ ਇਹ ਸਾਰੇ ਕਬੂਤਰਾਂ ਦੇ ਵਧੀ ਹੋਈ ਆ ਦੇਖੋ, ਮੁੜ ਕੇ ਥੱਲੇ ਆਉਂਦੀ। ਹਾਂਜੀ ਹਾਂਜੀ ਇਹ ਸਾਰਿਆਂ ਦੇ ਆ, ਸਾਰਿਆਂ ਦੀ ਸਾਰਿਆਂ ਦੇ। ਲਓ ਜੀ ਆ ਜਿਹੜੀ ਚੁੰਝ ਹੈ ਵੱਧ ਕੇ ਥੱਲੇ ਆਉਂਦੀ ਹੈ ਜੀ, ਦਿਖਾਓ। ਅਗਲਾ ਕਬੂਤਰ ਤੁਹਾਨੂੰ ਦਿਖਾ ਰਿਹਾ ਜੀ, ਦੋ ਬਾਜੀਆਂ ਵਿਨਰ। ਇਹ ਵੀ ਇਹਨਾਂ ਦਾ ਇੱਕ ਮੈਨੂੰ ਵੱਖਰੀ ਕਿਸਮ ਲੱਗੀ ਹੈ, ਕਿਉਂਕਿ ਇਹ ਬਹੁਤ ਛੋਟਾ ਹੈ ਜੀ, ਬਾਕੀ ਕਬੂਤਰਾਂ ਦੇ ਬੜੇ ਲੰਮੇ ਲੰਮੇ ਸੀ। ਉਸੇ ਨਸਲ ਤੋਂ ਆਈ? ਹਾਂ ਹਾਂ ਰਜਨ ਰਜਨ ਕਲਾ ਜੀ। ਠੀਕ ਹੈ ਜੀ, ਇਹ ਸ਼ਾਇਦ ਕੋਈ ਕਬੂਤਰੀ ਹੋਰ ਮਿਸ ਪਾਈ ਹੋਵੇ, ਜੇਬੀ ਵਾਲੇ ਕਬੂਤਰਾਂ ਦੀ ਮਿਸ ਸੀ ਉਸੇ ਕਰਕੇ ਪਹਿਲਾਂ ਪਿੱਛੇ ਦੇ ਲੈ ਗਏ, ਪਿੱਛੇ ਦੇ ਜੇਬੀ ਵਾਲੀ ਕਬੂਤਰੀ ਨਾਲ ਮਿਸ ਪਾਈ ਹੋਈ। ਠੀਕ ਹੈ ਠੀਕ ਹੈ। ਲਓ ਜੀ ਆਹ ਕਬੂਤਰ ਦੇਖੋ, ਇਹਦੀ ਵੀ ਚੁੰਝ ਉਵੇਂ ਵਧੀ ਹੋਈ ਹੈ, ਪਰ ਇਹ ਕੱਦ 'ਚ ਥੋੜ੍ਹਾ ਜਿਹਾ ਛੋਟਾ ਹੈ, ਮੈਨੂੰ ਲੱਗਦਾ 2 ਇੰਚ ਦਾ ਫਰਕ ਹੋਊਗਾ ਘੱਟੋ ਘੱਟ। ਕਿਹੜੀ ਕਿਹੜੀ ਜਗ੍ਹਾ ਜਿੱਤਿਆ? ਪੱਖੀ। ਲਓ ਜੀ ਇੱਕ ਤਾਂ ਪੱਖੀ ਜਿੱਤਿਆ, ਦੂਜਾ ਜੀ ਚਨਾਥਲ ਜਿੱਤਿਆ, ਚਨਾਥਲ ਛੱਡੀ ਗਿੱਲ ਖੁਰਦੀ ਤੇ ਗਿੱਲ ਖੁਰਦ। ਲਓ ਜੀ ਆਹ ਬਾਈ ਜੀ ਹੋਰਾਂ ਦਾ, ਜਿੰਨੇ ਕੁ ਕਬੂਤਰ ਇਹਨਾਂ ਦੇ ਐਤਕੀ ਬਾਜੀਆਂ ਦੇ ਵਿੱਚ ਬਚੇ ਸੀ ਹੱਥ ਲੱਗ ਗਏ, ਉਹ ਤੁਹਾਨੂੰ ਦਿਖਾਤੇ ਆ। ਬਾਕੀ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਬੂਤਰ ਸੀ ਜਾਂ ਤਾਂ ਥਿਆਏ ਨਹੀਂ, ਜਾਂ ਮਤਲਬ ਕਿ ਜਿੱਤ ਕੇ ਨਿਕਲ ਗਏ, ਡਿੱਗ ਪਏ, ਕਿਸੇ ਨੇ ਚੱਕ ਲਏ,
ਤੇ ਕਰੀਬ 25-30 ਕਬੂਤਰ ਇਹਨਾਂ ਦੇ ਹੱਥ ਲੱਗਿਆ, ਬਾਕੀ 20-25 ਕਬੂਤਰ ਇਹਨਾਂ ਦੇ ਕਰੀਬ ਨਹੀਂ ਲੱਗੇ, ਹੱਥ ਨਹੀਂ ਲੱਗੇ। ਅੱਖਾਂ ਦਿਖਾਉਣੇ ਤੁਹਾਨੂੰ ਵੀ ਅੱਖਾਂ ਦੇ ਦੇਖ ਜੀ 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 ਲਓ ਜੀ ਐਤਕੀ ਦੀਆਂ ਜਿਹੜੀਆਂ ਪੱਠੀਆਂ ਵਿਖਾਉਣ ਲਿਆ ਵਾਕਿਆ ਜੀ, ਇੱਕ ਤੁਹਾਨੂੰ ਦਿਖਾਉਂਦੇ ਅੱਖਾਂ ਦਿਖਾਓ ਜੀ, ਅੱਖਾਂ ਦਿਖਾਓ ਬਾਈ ਜੀ, ਸਪੈਸ਼ਲ ਕਬੂਤਰੀਆਂ ਲੈ ਕੇ ਆਇਆ। ਇਹਨੂੰ ਕਹਿੰਦੇ ਜੀ ਅਸਲ ਚੰਦ, ਤੁਹਾਨੂੰ ਮੈਂ ਹੁਣ ਦੂਜੇ ਪਾਸਿਓਂ ਵਿਖਾਉਣ ਲੱਗਿਆ ਜੀ। ਇਹਦੀ ਅੱਖ ਇੱਧਰਲੀ ਤਾਂ ਤੁਸੀਂ ਵੇਖ ਲਈ ਹੈ, ਹੁਣ ਥੋੜ੍ਹੀ ਜਿਹੀ ਤੁਹਾਨੂੰ ਇੱਧਰਲੀ ਅੱਖ ਵੀ ਵਿਖਾਉਣੀ ਹੈ ਜੀ। ਚੰਦ ਵਾਲੀਆਂ ਅੱਖਾਂ ਲਓ ਜੀ, ਬਹੁਤ ਸੋਹਣੀ ਅੱਖ ਹੈ ਜੀ, ਜਿੰਨੀ ਵੀ ਕਹਿ ਲਈਏ ਖੱਟੀ ਦੇ ਵਿੱਚ ਕਾਲਾ, ਵਾਹ ਬਹੁਤ ਹੀ ਸੋਹਣੀ। ਇਹਦੇ ਵੀ ਅੱਖਾਂ ਦੇ ਵਿੱਚ ਚੰਦ ਬਣਿਆ ਜੀ, ਪਰ ਇਹ ਚਿੱਟੀਆਂ ਦੀ ਹੈ, ਚਿੱਟੀਆਂ ਅੱਖਾਂ ਦੀ ਕਬੂਤਰੀ। ਉਹ ਰੁਕ ਜਾ ਭਾਈ ਰੁਕ ਜਾ, ਭੈਣਾ ਕਰ ਭੈਣਾ ਕਰ। ਲਓ ਜੀ ਥੋੜ੍ਹਾ ਜਿਹਾ ਦੂਜਾ ਪਾਸਾ ਕਰਕੇ ਵਿਖਾਉਣੇ ਜੀ, ਇਹਦਾ ਜਿਹੜੀ ਦੂਜੀ ਅੱਖ ਹੈ ਇਹਦੇ ਵੀ ਚੰਦ ਉਹਦੇ ਖੱਟੀਆਂ 'ਚ ਸੀ ਜੀ, ਇਹਦੇ ਚਿੱਟੀਆਂ 'ਚ ਬਣਿਆ ਹੋਇਆ। ਲਓ ਜੀ ਲਓ ਇੱਧਰ ਚਾਹ ਕੇ ਇੱਧਰ ਪਹਿਲਾਂ ਤੋਂ ਕੱਢਦੇ ਆ, ਇਹ ਖਾਸ ਤੁਸੀਂ ਵਿਖਾਉਣ ਲਈ ਲਿਆ, ਬਹੁਤ ਖੂਬਸੂਰਤ ਹੈ। ਕਿਹਦਾ ਭਰਾ ਕੀ ਗਿੱਲ ਅਰਗੇ ਲੈ ਗਏ ਜੀ, ਆਪਣੇ ਘਣੀ ਵਾਲੇ ਜੀ, ਪਲਖੋਂ ਵਾਲੇ ਜੀ, ਗੁਰਦੇਵਕੀ ਪਿੰਡ ਵਾਲੇ ਜੀ ਜੀ ਜੀ, ਉਹ ਮੁੱਲ ਲੈ ਗਏ ਨਾ ਪਿਓ ਭਰਾ ਇਹਦਾ ਜੀ, ਹਾਂ ਉਹ ਮੁੱਲ 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 ਧੱਕੇ ਨਹੀਂ ਲੈ ਗਏ ਹੱਥੋਂ, ਕਹਿੰਦੇ ਆਹ ਲਿਜਾਣੀ ਲਿਆਉਣਾ ਜੀ। ਠੀਕ ਹੈ, ਉਹਦਾ ਸਗਾ ਭਾਈ ਸੀ ਜੀ, ਉਹਦੇ ਵੀ ਆਈ ਜਾਂਦੇ ਸੀ, ਬਹੁਤ ਖੂਬਸੂਰਤ ਹੈ ਜੀ। ਸੋ ਇਹ ਬਾਈ ਜੀ ਦੇ ਕਬੂਤਰ, ਥੋੜ੍ਹੀ ਜਿਹੀ ਆਹ ਵੀ ਵਿਖਾਓ ਜੀ, ਕਿਉਂਕਿ ਅਸੀਂ ਇੱਕ ਇੱਕ ਕਬੂਤਰ ਜਿਹੜਾ ਵਿਖਾਇਆ ਸ਼ਾਇਦ ਨਾ ਦਿਖਿਆ ਹੋਵੇ। ਹੁਣ ਤੁਹਾਨੂੰ ਜਿਹੜੇ ਐਤਕੀ ਦੇ ਨਰ ਸੀ ਵਿਨਰ, ਉਹ ਪਹਿਲਾਂ ਮਾਦੀਆਂ ਦਿਖਾਈਆਂ ਸੀ, ਨਰ ਦਿਖਾਉਂਦੇ। ਹਾਂਜੀ, ਇਹ ਜੋ ਨਰ ਹੈ ਜੋ ਵਿਨਰ ਰਹੇ ਆ ਜੀ, ਕੁਛ ਬਾਜ਼ੀਆਂ ਹਲੇ ਛੱਡਣੇ ਹੈ, ਦੁਬਾਰਾ ਕੁਛ ਬੱਚਿਆਂ 'ਚ ਪਾ ਦਿੱਤੇ ਗਏ ਹੈ। ਇਹਨਾਂ ਦੇ ਵਿੱਚ ਤਿੰਨ ਤਿੰਨ ਬਾਜ਼ੀਆਂ ਜਿੱਤੇ ਵੀ ਕਬੂਤਰ ਹੈ ਬਾਈ ਜੀ ਦੇ। ਪਿਓਰ ਜੋ ਰਾਜਨ ਵਾਲੇ ਕਬੂਤਰ ਹੈ ਜਮਾਂ ਪਿਓਰ ਬਾਈ ਜੀ ਕੋਲ, ਚੱਲ ਰਿਹਾ ਜੀ। ਬੱਚਾ ਬੜਾ ਆ ਰਿਹਾ ਜੀ, ਬੱਚੇ ਦੀ ਮੂਵੀ ਬਣਾਵਾਂਗੇ ਪਰ ਕਬੂਤਰਾਂ ਦੇ ਨਾਲ ਨਾਲ ਨਹੀਂ ਸ਼ੇਰੋਂ ਜੀ, ਕੋਈ ਨਾ ਉਹਦੀ ਕੋਈ ਗੱਲਬਾਤ। ਠੀਕ ਹੈ ਜੀ, ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸ਼ੇਅਰ ਕਰ ਦਿਓ ਆਪਣੇ ਫੇਸਬੁੱਕ ਲਾਈਕ ਸ਼ੇਅਰ ਜ਼ਰੂਰ ਕਰਿਓ। ਕਰਨ ਲੱਗਿਆ ਜੀ ਆਪਾਂ ਕਲੋਜ਼ ਕਰ ਲਈ ਅੱਖਾਂ, ਅੱਖਾਂ ਦਾ ਮਹਿਕਮਾ ਬਚਣ ਲਈ ਜਾਂ ਕੋਈ
कोई ना खड़ी जा तू ਜਿਹੜੇ ਆਪਣੇ ਤੁਹਾਡੇ ਕਬੂਤਰ ਹੈ ਕਿਹੜੀ ਕਿਹੜੀ ਨਸਲ ਹੋਣ ਤੁਹਾਡੇ ਕੋਲ ਜਿਹੜੇ ਪੱਠੇ ਆ ਇਹ ਸਾਰੇ ਰਾਜਨ ਵਾਲਿਆਂ 'ਚ ਹੈ ਜੀ ਰਾਜਨ ਵਾਲਿਆਂ 'ਚੋਂ ਟੋਟਲ ਕਬੂਤਰ ਹਾਂਜੀ ਤੁਸੀਂ ਉਹਨਾਂ ਤੋਂ ਮੁੱਲ ਲਏ ਸੀ ਜਾਂ ਨਹੀਂ ਜੀ ਸਾਨੂੰ ਨਾ ਚਿੱਠੇ ਬਾਈ ਨੇ ਦਿੱਤੇ ਬਰਿੰਡੇ ਅੱਡ ਕਰ ਲਏ ਜਿਹਨੇ ਕਬੂਤਰ ਬਣੀਰ ਨਾਲ ਜੀ ਉਦੋਂ ਸਾਨੂੰ 40 ਕਬੂਤਰ ਉੱਥੋਂ ਦਿੱਤੇ ਬਰਿੰਡੇ ਜੀ 40 ਕਬੂਤਰ ਤੁਹਾਨੂੰ ਕਿਹੜੇ ਇਹ ਗੱਲ ਹੈ ਸਾਨੂੰ ਦੀ ਇਹ ਹੋ ਗਿਆ ਹੋਣਾ ਜੀ ਮੈਂ 10 ਸਾਲਾਂ ਦੀ ਗੱਲ 10 ਸਾਲ
ਉੱਤੇ ਜਿੱਥੇ ਵੱਡੇ ਜੋੜ ਆ ਜੋ ਕਿ ਬਾਈ ਜੀ ਰਾਜਨ ਦੇ ਘਰੋਂ ਆਏ ਹੋਏ ਆ ਕਬੂਤਰ ਜੋ ਵੱਡੀਆਂ ਜੋੜੀਆਂ ਅਤੇ ਉਹਨਾਂ ਬਾਰੇ ਦੱਸੋ ਜੀ ਕਿੰਨੀਆਂ ਟੋਟਲ ਜੋੜੀਆਂ ਆਪਣੇ ਕੋਲ ਹੈਗੀਆਂ ਜੀ 50 ਜੋੜੀਆਂ 50 ਜੋੜੀਆਂ ਆਪਣੇ ਕੋਲ ਇਹ ਸਾਰੀਆਂ ਜੋੜੀਆਂ ਦੇ ਆਪਾਂ ਬੱਚੇ ਕਢਾਉਣੇ ਆ ਕਿੰਨੇ ਉਦੋਂ ਜਿਹੜੇ ਤੁਸੀਂ ਜੋੜੇ ਲੈ ਕੇ ਆਉਂਦੇ ਸੀ ਚੱਠੇ ਬਾਈ ਤੋਂ ਕਿੰਨੇ ਜੋੜੇ ਲੈ ਕੇ ਆਉਂਦੇ ਸੀ ਉਸ ਟਾਈਮ ਉਦੋਂ ਹੋਣਗੇ ਜੀ 20 ਜੋੜੇ ਬਠਿੰਡੇ ਇੱਕ ਕਬੂਤਰਬਾਜ਼ੀ ਚ ਤੇ ਉਹਨਾਂ ਦੇ ਘਰੋਂ ਕੋਈ ਜੋੜਾ ਆਇਆ ਹੋਵੇ ਉਹਨਾਂ ਦੇ ਘਰੋਂ ਲਿਆਂਦਾ ਸੀ ਇੱਕ ਜੋੜਾ ਲੈ ਕੇ ਉਹਨਾਂ ਦੀ ਕੰਪਲੀਟ ਤਿਆਰ ਕੀਤੀ ਤੁਸੀਂ ਹਾਂਜੀ ਉਸ ਕਸਾਲ ਕੱਢੇ ਸੀਗੇ ਉਸ ਤੇ ਜੀ ਬਾਕੀ ਮਤਲਬ ਤੁਹਾਡੇ ਕੋਲ ਇਹਨਾਂ ਦੇ ਕੋਲ ਇਹਨਾਂ ਦੇ ਦੱਸਣ ਦੇ ਮੁਤਾਬਕ ਜੀ ਜੋ ਕਿ ਬਾਈ ਰਾਜਨ ਬੜਾ ਵੱਡਾ ਨਾਮ ਹੈ ਜੀ ਕਬੂਤਰਬਾਜ਼ੀ ਦੇ ਵਿੱਚ ਅਤੇ ਉਹਨਾਂ ਦੇ ਸਾਰੇ ਕਬੂਤਰ ਨੇ ਬਾਈ ਜੀ ਦੇ ਕੋਲ ਅਤੇ ਬਹੁਤ ਖੂਬਸੂਰਤ ਕਬੂਤਰ ਹੈ ਜੀ ਜਿਵੇਂ ਕਿ ਵਿੱਚ ਗਾਲੜਾ ਬੜੇ ਮਸ਼ਹੂਰ ਹੋਏ ਸੀ ਕਬੂਤਰ ਬੈਠਾ ਜੀ ਦਿਖਾਓ ਮਾੜਾ ਜਿਹਾ ਇੱਧਰ ਲਾਲ ਗਲਾ ਕਬੂਤਰ ਬੈਠਾ ਦੂਜੇ ਨੰਬਰ 'ਤੇ ਜਿਵੇਂ ਕਿ ਕਾਫੀ ਸੁਣਿਆ ਸੀ ਇਹ ਕਿਹੜਾ ਚੋਂ ਜਿਹੜਾ ਲਾਲ ਗਲਾ ਹੈ ਜੀ ਸਿਰਫ ਲਾਲ ਸਰੇ ਕਾਲ ਸਰੇ ਹੀ ਕੱਢਦੇ ਆ ਜਾਂ ਕਦੇ ਰੱਤਾ ਚੀਨਾ ਵੀ ਕੱਢ ਜਾਂਦੇ ਆ ਵਿੱਚ ਬੱਚਾ ਨਹੀਂ ਜੀ ਜਾਂ ਤਾਂ ਬਸ ਚਿੱਟੀਆਂ ਦੀ ਛਿੱਟਾਂ ਜਾਂ ਕੱਢਦੇ ਜੀ ਤੇ ਜਾਂ ਬਸ ਗਾਂਧੀ ਗੁੰਡੀ ਜੀ ਕੱਢਦੇ ਆ ਸਿਰ ਤੇ ਗਾਂਧੀ ਇੱਕੋ ਰੱਤਾ ਬੈਠਾ ਉੱਪਰ ਕਬੂਤਰ ਫਿਰ ਜਦੋਂ ਜੋੜੇ ਮਿਲਾਉਣੇ ਇਕੱਠੇ ਛੱਡ ਦਿੰਦੇ ਹੋ ਉਹ ਨਰਤੇ ਮਾਰਦੀਆਂ ਅਲੱਗ ਅਲੱਗ ਬਾਕੀ ਆ ਇੱਧਰ ਕਰੀਆਂ ਬਹੁਤ ਵੇਖੀਆਂ ਜੀ ਤੁਸੀਂ ਅੱਛਾ ਤਰ੍ਹਾਂ ਵੇਖੋ ਜੀ ਇਹ ਫਿਰ ਚੱਕ ਲੈਂਦੇ ਹੋ ਇੰਨੇ ਕਬੂਤਰ ਪਾ ਕੇ ਉੱਤੇ ਕਿੰਨੇ ਕਬੂਤਰ ਬੈਠ ਜਾਂਦੇ ਇਹਦੇ ਉੱਤੇ ਹਾਂਜੀ ਮੈਨੂੰ ਲੱਗਦਾ ਵੀ ਇੱਥੇ 70 ਕਬੂਤਰ ਬੈਠ ਜਾਂਦੇ ਹੋਣਗੇ ਬੱਚਿਆਂ ਵੇਲੇ ਲਓ ਜੀ ਛਤਰਾ ਬਾਈ ਕੋਲ ਛਤਰੀਆਂ ਬੜੀਆਂ ਵੇਖੀਆਂ ਸੀ ਪਰ ਮੈਂ ਛਤਰਾ ਪਹਿਲੀ ਵਾਰੀ ਵੇਖਿਆ ਅੱਜ ਘਰੇ ਬਣਾਇਆ ਜੀ ਨਾ ਬਣਾ ਪੁੱਛੋ ਤੋਂ ਬਾਲਿਆ ਵਾਲੀ ਤੋਂ ਠੀਕ ਹੈ ਬਹੁਤ ਵਧੀਆ ਜੀ ਕੱਟ ਕਰਕੇ ਰੱਖ ਲਈ ਬੱਚਿਆਂ ਵਾਸਤੇ ਨਹੀਂ ਕੱਟ ਨੀ ਕਰਿਆ ਫਿਰ ਆਪਾਂ ਰੋਕ ਲਈ ਰੋਕ ਲਗਾਈ ਬਾਜੀ ਚ ਨਹੀਂ ਛੱਡ ਵਾਸਤੇ ਵਧਾਉਣ ਵਾਸਤੇ ਜੀ ਜੀ ਆਹ ਹੱਥ ਛੱਡੀ ਗਈ ਹੈ ਰਸਤਾ ਹੀ ਪਹੁੰਚ ਗਈ ਘਰੇ ਜਦੋਂ ਛੱਡ ਲਈ ਰਾਤ ਹਾਂ ਰਸਤਾ ਹੀ ਵਿਖਾਓ ਜੀ ਜੂਮ ਕਰਕੇ ਵਿਖੂਗੀ ਸਾਖੀ ਰਾਜਨ ਵਾਲਿਆਂ ਸੀ ਹਾਂ ਇਹ ਵੀ ਰਾਜਨ ਗੱਲ ਹੈ ਤਕਰੀਬਨ ਰਾਜਨ ਕਾਲ ਚ ਕਬੂਤਰ ਸਾਡੇ ਕੋਲ ਜ਼ਿਆਦਾ ਹੈ ਜੀ ਸਾਡੇ ਕੋਲ ਕਬੂਤਰ ਟੇਲੇ ਕਾਲੇ ਇੱਕ ਜੋੜਾ ਲਿਆਂਦਾ ਸੀਗਾ ਜੀ ਉਹਦੇ ਚਾਰ ਕੁ ਬੱਚੇ ਸੀਗੇ ਸਾਡੇ ਕੋਲ ਉਹ ਵੀ ਘਰ ਵਧੀਆ ਦਿਖਾਇਆ ਜਾ ਉਹਨਾਂ ਨੇ ਐਤਕੀ ਸਾਡੇ ਕੋਲ ਰਹਿੰਦੇ ਮਤਲਬ ਤੁਸੀਂ ਇੱਕੋ ਹੀ ਬਰੀਡ ਰੱਖ ਲਈ ਹੁਣ ਉੱਚੇ ਉੱਡਦੇ ਆ ਨੀਵੇਂ ਇਹ ਬਸ ਆਉਣ ਜਾਣ ਹੀ ਕਰਦੇ ਜੀ ਆਉਣ ਜਾਣ ਕਰ ਜਿੱਥੇ ਚੜ੍ਹ ਜਾਂਦੇ ਉੱਚੀ ਹੋ ਜਾਂਦੇ ਮਤਲਬ ਟਾਈਮ ਘੱਟ ਲਵਾਉਂਦੇ ਟਾਈਮ ਘੱਟ ਲਾਉਂਦੇ 35-36 ਮਿੰਟਾਂ ਜਾ ਜਾਂਦੇ ਜੀ 35-36 ਮਿੰਟਾਂ ਬਾਅਦ ਦੇਖਦੇ ਆ ਜੀ ਇੱਕ ਐਤਕੀ ਬਾਦਲ ਛੱਡੀ ਸੀ ਕਬੂਤਰੀ ਦੁਸਰ ਦੇ ਵਿੱਚ ਉਹ ਵੀ ਇਹਨਾਂ ਦੇ ਵਿੱਚ ਹਾਂ ਉਹ ਵੀ ਉਹਦੀ ਗਵਾਚਗੀ ਸੀ ਉਹ ਗਵਾਚਗੀ ਸੀ ਗਵਾਚਗੀ ਦੁਬਾਰਾ ਛੱਡਤੀ ਸੀ ਦੁਬਾਰਾ ਛੱਡਤੀ ਸੀ ਆਪਣੇ ਉੱਧਰ ਕੌੜੇ ਕਾਲੀ ਪਾਈ ਜੀ ਉੱਧਰ ਪਾਤੀ ਸੀ ਇਹ ਜਿਹੜੇ ਮੌਤ ਮੌਤ ਕੱਢੀ ਆ ਹਾਂ ਇੱਕ ਹਾਂਜੀ ਹਾਂਜੀ
ਆ ਜਿਹੜੀ ਕਬੂਤਰੀ ਦੇ ਮੌਜ ਆਈ ਹੈ ਇਹ ਵੀ ਰਾਜਨਾਂ ਦੇ ਕੱਢ ਜਾਂਦੇ ਮੌਜ ਦਾ ਇੱਕ ਮਿਸ ਪਾਈ ਸੀ ਇਹ ਪੂਰੇ ਸਿੱਖਾਂ ਦੀ ਪਾਤੀ ਜੀ ਵੈਸੇ ਜੀ ਅੱਛਾ ਤੁਸੀਂ ਹੋਰ ਕਬੂਤਰ ਦੀ ਮਿਸ ਪਾਈ ਸੀ ਥੋੜੀ ਜੀ ਪੂਰੇ ਸਿੱਖਾਂ ਦੇ ਕਬੂਤਰ ਦੇ ਸੀਗੇ ਜੀ 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 ਸੱਚੋ ਵਾਲੇ ਜੀ ਉਹਦੇ ਵਿੱਚ ਸਾਡੇ ਕੋਲ ਆ ਗਏ ਸੀ ਬਲਾਡਰ ਥੋੜ੍ਹਾ ਜਿਹਾ ਜੀ ਉਹਦਾ ਕਰਕੇ ਵਿੱਚ ਵੀ ਆਉਂਦੇ ਆਈਏ ਜੀ ਜੀ ਤਕਰੀਬਨ ਤਾਂ ਸਾਡੇ ਕੋਲ ਰਾਜਨ ਕਾਲੀ ਹੈ ਉਹਦੇ ਵਿੱਚ ਵੀ ਮਾੜਾ ਮੋਟਾ ਆਇਆ ਫਿਰ ਥੋੜ੍ਹੀ ਬਹੁਤੀ ਹਾਂਜੀ ਉਹ ਖਾ ਜਾਂਦੇ ਹਾਂਜੀ ਆਓ ਜੀ ਹੋਰ ਕਰਦੇ ਹਾਂ ਆਪਾਂ ਇੱਕ ਆਪਣਾ ਕੈਮਰਾਮੈਨ ਜੀ ਮੁੰਡਾ ਸੋਨੀ ਅਤੇ ਬਾਈ ਨੇ ਕਬੂਤਰ ਦਿੱਤੇ ਸੀ ਕਹਿੰਦਾ ਮੈਂ ਵੀ ਕੁਛ ਚਾਨਣਾ ਪਾਉਣਾ ਚਾਹੁੰਦਾ ਦੱਸੋ ਜੀ ਬਾਈ ਜੀ ਮੇਰਾ ਨਾਨਕੇ ਹੈ ਪਿੰਡ ਮੇਰਾ ਚੁੱਗਿਆ ਚੱਕਮਕ ਤੋਂ ਮੇਰੇ ਨਾਨਕੇ ਆ ਅਤੇ ਮੈਂ ਇੱਥੇ ਕੰਮ ਕਰਦਾ ਹੁੰਦਾ ਸੀ ਮੰਨ ਕੇ ਕੰਮ ਇੱਥੋਂ ਹੀ ਸਿੱਖਿਆ ਮੈਂ ਮੇਰੇ ਨਾਨਕੇ ਨੇ ਇਹ ਅਤੇ ਬਾਈ ਜੀ ਉਹ ਤਾਂ ਮੈਂ ਕਬੂਤਰ ਲੈ ਕੇ ਗਿਆ ਸੀਗਾ ਪਰ ਇਹਨਾਂ ਨੇ ਮੈਨੂੰ ਜਵਾਬ ਨਹੀਂ ਦਿੱਤਾ ਸੀ ਉਹ ਤਾਂ ਛੋਟਾ ਸੀ ਮੈਂ ਅਤੇ ਇਹਨਾਂ ਦਾ ਮੈਂ ਕਬੂਤਰ ਲੈ ਕੇ ਗਿਆ ਸੀਗਾ ਜੋੜੀ ਅਤੇ ਇਹਨਾਂ ਨੇ ਮੈਨੂੰ ਵਧੀਆ ਕਬੂਤਰ ਦਿੱਤੇ ਸੀ ਮੈਂ ਬੱਚੇ ਕਢਾਏ ਹੈਗੇ ਹੁਣ ਤਾਂ ਇੱਕ ਦੋ ਮੇਰੇ ਕੋਲ ਉਹਨਾਂ ਕੋਲ ਬੱਚੇ ਇੱਕ ਹੀ ਬੱਚਾ ਮੇਰੇ ਕੋਲ ਵਧੀਆ ਉੜਦਾ ਪੂਰੇ ਵਧੀਆ ਕਬੂਤਰ ਦਿੱਤੇ ਸੀ ਬਾਈ ਨੇ ਵੀ ਐਂ ਮੈਨੂੰ ਜਵਾਬ ਨਹੀਂ ਦਿੱਤਾ ਸੀਗਾ ਬਹੁਤ ਵਧੀਆ ਇਨਸਾਨ ਠੀਕ ਹੈ ਜੀ ਬਹੁਤ ਵਧੀਆ ਜੀ ਅੱਜ ਸਾਡਾ ਕੈਮਰਾਮੈਨ ਆ ਜੋ ਉਹਦੇ ਨਾਨਕੇ ਇੱਥੇ ਅਤੇ ਕਬੂਤਰ ਲੈ ਕੇ ਗਿਆ ਸੀ ਬਹੁਤ ਵਧੀਆ ਜੀ ਹਾਂਜੀ ਉਹ ਵੀ ਕਬੂਤਰ ਵਾਲਾ ਸਾਡਾ ਕੈਮਰਾਮੈਨ ਵੀ ਜੀ ਬਹੁਤ ਵਧੀਆ ਜੀ ਅਤੇ ਠੀਕ ਹੈ ਜੀ ਦੁਬਾਰਾ ਫਿਰ ਆਪਾਂ ਕਿਸੇ ਨਵੇਂ ਖਿਡਾਰੀ ਵੀਰ ਦੇ ਘਰ ਮਿਲਾਂਗੇ ਤੁਹਾਨੂੰ ਨਵੀਂ ਇੰਟਰਵਿਊ ਲੈ ਕੇ ਸੋ ਉਦੋਂ ਤੱਕ ਜਿਹੜੇ ਵੀ ਵੀਰ ਆਪਣਾ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਜਦੋਂ ਵੀਡੀਓ ਚੱਲਦੀ ਹੈ ਥੱਲੇ ਰੈੱਡ ਕਲਰ ਦੇ ਵਿੱਚ ਸਬਸਕ੍ਰਾਈਬ ਦਾ ਲਿਖਿਆ ਹੁੰਦਾ ਉਹਨੂੰ ਕਲਿੱਕ ਕਰਨਾ ਤੁਸੀਂ ਤਾਂ ਕਿ ਸਾਡੀ ਜਿਹੜੀ ਅਗਲੀ ਵੀਡੀਓ ਹੈ ਤੁਹਾਡੇ ਕੋਲ ਪਹੁੰਚ ਸਕੇ ਬਾਕੀ ਤੁਹਾਨੂੰ ਸਾਡੀ ਇਹ ਵੀਡੀਓ ਕਿਹੋ ਜਿਹੀ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਿਓ ਸਾਡਾ ਮੋਬਾਈਲ ਨੰਬਰ 94 170 35 35 ਅਤੇ ਜੋ ਵੀ ਵੀਰ ਇਸ ਵੀਡੀਓ ਨੂੰ ਵੇਖ ਰਹੇ ਕਾਲ ਕਰਕੇ ਨਵੀਂ ਕਿਸੇ ਵੀਰ ਨੇ ਇੰਟਰਵਿਊ ਕਰਵਾਉਣੀ ਹੋਵੇ ਤਾਂ ਸਾਨੂੰ ਕਾਲ ਕਰ ਸਕਦਾ ਜੀ ਅੱਜ ਦੇ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ ਭਿੰਦਰ ਹੇਅਰ ਚੱਕੜੇ ਵਾਲੇ ਵੱਲੋਂ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ